चढ़न वाले हो हकां दी ਵੱਢਣੇ ਨੇ
ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਸਭ ਤੋਂ ਪਹਿਲਾਂ ਤਾਂ ਮੁਆਫੀ ਚਾਹੁੰਦੇ ਹਾਂ ਕਿ ਆਕਲੈਂਡ ਦੀ ਬਹੁਤ ਭਾਰੀ ਟ੍ਰੈਫਿਕ ਕਾਰਨ ਇੱਕ ਵਾਰ ਫਿਰ ਅਸੀਂ ਸਟੂਡੀਓ ਪਹੁੰਚਣ ਵਿੱਚ ਲੇਟ ਹੋ ਗਏ ਹਾਂ। ਤੋ ਖੈਰ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਪੰਜ ਦਸ ਮਿੰਟ ਲੇਟ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਜਿਹੜੇ ਟੋਪਿਕ ਸ਼ੇਅਰ ਕਰਨੇ ਨੇ ਉਹ ਦੱਸਣ ਤੋਂ ਪਹਿਲਾਂ ਇਹ ਦੱਸਦੇ ਚੱਲੀਏ ਕਿ ਪ੍ਰੋਗਰਾਮ ਰੇਡੀਓ ਇਨਕਲਾਬ ਤੁਸੀਂ ਮੇਰੇ ਨਾਲ ਯਾਨੀ ਅਨੂ ਨਾਲ ਤੇ ਭਾਰਤੀ ਜੀ ਨਾਲ ਹਰ ਸੋਮਵਾਰ ਸੁਣਦੇ ਹੋ ਸ਼ਾਮ 5 ਵਜੇ ਤੋਂ 5:55 ਤੱਕ। ਇਸ ਪ੍ਰੋਗਰਾਮ ਦਾ ਮਾਧਿਅਮ ਹੈ ਪਲੈਨਟ 104.6 FM। ਔਰ ਅਗਰ ਤੁਸੀਂ ਪ੍ਰੋਗਰਾਮ ਲਾਈਵ ਨਹੀਂ ਸੁਣ ਸਕਦੇ ਕਿਸੇ ਕਾਰਨ, ਤੋ ਇਹ ਪ੍ਰੋਗਰਾਮ ਵੈਬਸਾਈਟ ਤੇ ਅਗਲੇ 7 ਦਿਨਾਂ ਲਈ ਮੌਜੂਦ ਰਹੇਗਾ। ਵੈਬਸਾਈਟ ਦਾ ਪਤਾ ਹੈ www.planetaudio.org/radioinqilab। ਤੋ ਇਸ ਵੈਬਸਾਈਟ ਤੋਂ ਤੁਸੀਂ ਪ੍ਰੋਗਰਾਮ ਕਿਸੇ ਵੀ ਵਕਤ ਸੁਣ ਸਕਦੇ ਹੋ ਜਾਂ ਡਾਊਨਲੋਡ ਕਰਕੇ ਪ੍ਰੋਗਰਾਮ ਨੂੰ ਸੇਵ ਕਰਕੇ ਹੋਰ ਕਿਸੇ ਵਕਤ ਸੁਣ ਸਕਦੇ ਹੋ। ਤੋ ਇਹ ਜਿਹੜੇ ਪ੍ਰੋਗਰਾਮ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਬ੍ਰੌਡਕਾਸਟ ਹੋਣ ਤੋਂ ਜਲਦ ਬਾਅਦ ਹੀ ਇੱਕ ਦੋ ਦਿਨਾਂ ਤੱਕ ਸੋਮਵਾਰ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਯੂਟਿਊਬ ਤੇ ਵੀ ਅਪਲੋਡ ਕਰਦੇ ਹਾਂ ਸਾਰੇ ਪ੍ਰੋਗਰਾਮਸ ਨੂੰ। ਸੋ ਯੂਟਿਊਬ ਚੈਨਲ ਹੈ ਅਨੂ ਕਲੋਟੀ ANUKALOTI। ਸੋ ਇਸ ਚੈਨਲ ਤੋਂ ਵੀ ਤੁਸੀਂ ਸਾਡੇ ਰੇਡੀਓ ਇਨਕਲਾਬ ਦੇ ਪ੍ਰੋਗਰਾਮਸ ਕਿਸੇ ਵੀ ਵਕਤ ਸੁਣ ਸਕਦੇ ਹੋ। ਫੇਸਬੁੱਕ ਪੇਜ ਵੀ ਹੈ, ਰੇਡੀਓ ਇਨਕਲਾਬ ਨਾਮ ਦਾ ਫੇਸਬੁੱਕ ਪੇਜ, ਉੱਥੇ ਵੀ ਸਾਰੇ ਪ੍ਰੋਗਰਾਮ ਹੁੰਦੇ ਨੇ। ਤੋ ਤੁਸੀਂ ਉਸ ਮਾਧਿਅਮ ਤੋਂ ਵੀ ਸੁਣ ਸਕਦੇ ਹੋ। ਤੋ ਅੱਜ ਦੇ ਜਿਹੜੇ ਵਿਸ਼ੇ ਰਹਿਣਗੇ, ਜਿਸ ਤਰ੍ਹਾਂ ਕਿ ਅਸੀਂ ਕਾਫੀ ਸਮੇਂ ਤੋਂ ਪ੍ਰੋਗਰਾਮਾਂ ਵਿੱਚ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਪੰਜਾਬ ਵਿੱਚ ਪਿਛਲੇ ਸਾਲ ਸਪਟੈਂਬਰ ਤੋਂ ਲੱਗਿਆ ਹੋਇਆ ਹੈ, ਉਹਦੇ ਸੰਬੰਧੀ ਜਿਹੜੇ ਕਿਸਾਨੀ ਜਥੇਬੰਦੀਆਂ ਦੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਵੈਸੇ ਵੀ ਅਸੀਂ ਤੁਹਾਨੂੰ ਅਪਡੇਟਸ ਦਿੰਦੇ ਰਹਿੰਦੇ ਹਾਂ। ਤੋ ਬੀਤੇ ਬੁੱਧਵਾਰ ਜਿਹੜਾ ਪ੍ਰੋਗਰਾਮ ਅਮਰਿੰਦਰ ਸਿੰਘ ਪੇਸ਼ ਕਰਦੇ ਨੇ ਨਿਊਜ਼ ਨੇਸ਼ਨ, ਉਹਦੇ ਵਿੱਚ ਵੀ ਤੁਸੀਂ ਜ਼ਰੂਰ ਸੁਣਿਆ ਹੋਏਗਾ ਬੂਟਾ ਸਿੰਘ ਬੁਰਜਕਿੱਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਨੇ, ਔਰ ਉਸ ਤੋਂ ਇਲਾਵਾ ਕਸ਼ਮੀਰ ਘੁਗਸ਼ੋਰ ਜਿਹੜੇ ਕਿ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨੇ, ਉਹਨਾਂ ਦੀ ਵੀ ਗੱਲਬਾਤ ਜ਼ਰੂਰ ਸੁਣੀ ਹੋਏਗੀ। ਸੋ ਉਸੇ ਸਿਲਸਿਲੇ ਵਿੱਚ ਅੱਗੇ ਜੋ ਡਿਵੈਲਪਮੈਂਟਸ ਹੋਈਆਂ ਨੇ ਔਰ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਣ ਜਾ ਰਿਹਾ, ਇਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਮੈਂ ਕਹਾਂਗੀ ਇੱਕ ਛੋਟਾ ਜਿਹਾ ਇੱਕ ਯੂਨਿਟ ਹੈ ਆਮ ਆਦਮੀ ਪਾਰਟੀ 'ਚ ਕੁਝ ਇੱਕ ਲੋਕਾਂ ਦਾ, ਜਿਹੜੇ ਕਿ ਬਹੁਤ ਸੂਝਵਾਨ ਮੈਂ ਕਹਾਂਗੀ ਵਾਕਈ ਸਮਝ ਰੱਖਦੇ ਨੇ ਕਿ ਕੀ ਅੱਜ ਦੇ ਦੌਰ ਵਿੱਚ ਆਮ ਇਨਸਾਨਾਂ ਦੀਆਂ ਭਾਰਤ ਵਿੱਚ ਪੰਜਾਬ ਵਿੱਚ ਕੀ ਮੁਸ਼ਕਲਾਂ ਨੇ, ਉਹਨਾਂ ਦੀ ਵਾਕਈ ਸਮਝ ਰੱਖਦੇ ਨੇ। ਉਹਨਾਂ ਵਿੱਚੋਂ ਹੀ ਡਾਕਟਰ ਧਰਮਵੀਰ ਗਾਂਧੀ ਵੀ ਨੇ, ਉਹਨਾਂ ਦੀ ਇੱਕ ਹਾਲ ਵਿੱਚ ਹੀ ਇੰਟਰਵਿਊ ਆਈ ਹੈ ਪਿਛਲੇ 2-3 ਦਿਨਾਂ ਵਿੱਚ। ਸੋ ਉਹ ਜਿਹੜੀ ਗੱਲਬਾਤ ਕਰ ਰਹੇ ਨੇ ਉਹਦੇ 'ਤੇ ਵੀ ਅਸੀਂ ਜ਼ਰੂਰ ਆਪਣੀ ਸਮਝ ਮੁਤਾਬਕ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਦੇ ਚੱਲਾਂਗੇ। ਤੋ ਇਹ ਜਿਹੜੇ ਵਿਸ਼ੇ ਨੇ ਇਹਨਾਂ ਨੂੰ ਛੋਣ ਤੋਂ ਪਹਿਲਾਂ ਭਾਰਤੀ ਜੀ ਨੂੰ ਵੀ ਸਟੂਡੀਓ 'ਚ ਜੀ ਆਇਆਂ ਨੂੰ ਆਖਦੇ ਹਾਂ। ਦੋਸਤੋ ਸਲਾਮ ਆਖਦਾ। ਤੋ ਹਾਂਜੀ, ਸ਼ੁਰੂਆਤ ਕਰ ਲੈਂਦੇ ਹਾਂ ਭਾਰਤੀ ਜੀ, ਅਸੀਂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਉਹਦੇ ਵਿੱਚ ਪਿਛਲੇ ਦਿਨਾਂ 'ਚ ਕੀ ਕੁਝ ਹੋਇਆ? ਮੇਨ ਸਟ੍ਰੀਮ ਮੀਡੀਆ ਪਹਿਲੇ ਨਾਲੋਂ ਸ਼ਾਇਦ ਥੋੜੀ ਜਿਹੀ ਕਵਰੇਜ ਹੁਣ ਕਰ ਰਿਹਾ ਇਹ ਸਾਰੀ ਗੱਲਬਾਤ ਦੀ। ਤੋ ਜਿਹੜਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸ਼ੁਰੂ ਕੀਤਾ ਜੀ ਇਸ ਵਾਰ ਸ਼ੁਰੂ, ਖੈਰ ਬਾਕੀ ਵੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ, ਪਰ ਇਹਨਾਂ ਦੀ ਲੀਡ ਵਿੱਚ 16 ਮਈ ਤੋਂ ਸ਼ੁਰੂ ਹੋ ਕੇ 5 ਦਿਨਾਂ ਦਾ ਇੱਕ ਮੋਰਚਾ ਲਗਾਇਆ ਗਿਆ ਸੂਬਾ ਪੱਧਰ ਦਾ, ਜਿਹੜਾ ਕਿ DC ਕੰਪਲੈਕਸ ਬਰਨਾਲਾ ਸ਼ਹਿਰ ਦੇ ਵਿੱਚ ਇਹਨਾਂ ਨੇ ਉੱਥੇ 5 ਦਿਨ ਲਗਾਤਾਰ ਮੋਰਚਾ ਰੱਖਿਆ। ਔਰ ਇਹਨਾਂ ਦੀਆਂ ਜਿਹੜੀਆਂ ਮੰਗਾਂ ਇਸ ਵਕਤ ਸਨ ਕਿ ਜਿਹੜੇ ਛੋਟੇ ਔਰ ਮੀਡੀਅਮ ਲੈਵਲ ਦੇ ਜਿਹੜੇ ਕਿਸਾਨ ਨੇ ਔਰ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਲੋਨ ਜਿਹੜੇ ਕਰਜ਼ੇ ਨੇ ਉਹ ਸਾਰੇ ਦੇ ਸਾਰੇ ਪੂਰੀ ਤਰ੍ਹਾਂ ਰਾਈਟ ਆਫ ਕੀਤੇ ਜਾਣ, ਮੁਆਫ ਕੀਤੇ ਜਾਣ। ਤੋ ਇਹ ਜਿਹੜੀ ਮੰਗ ਹੈ ਬਰਨਾਲਾ ਦੇ ਇਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਪੰਜਾਬ ਦੇ ਚੀਫ ਮਿਨਿਸਟਰ ਤੱਕ ਉਹਨਾਂ ਨੇ ਵਾਅਦਾ ਕੀਤਾ ਹੈ DC ਨੇ ਕਿ ਪਹੁੰਚਾਇਆ ਜਾਏਗਾ। ਤੋ ਉਸ ਤੋਂ ਅਗਲਾ ਜਿਹੜਾ ਇਹਨਾਂ ਦਾ ਐਕਸ਼ਨ ਹੈ ਕਿ ਇਹ ਜਿਹੜੀ ਮੰਗ ਹੈ ਇਹਨਾਂ ਦੀ ਕਰਜ਼ਾ ਮੁਆਫੀ ਦੀ ਅਗਰ ਪੂਰੀ ਨਹੀਂ ਹੁੰਦੀ ਤੋ 25 ਜੁਲਾਈ ਤੋਂ ਇਹ ਇਨਡੈਫੀਨਿਟ ਸਮੇਂ ਲਈ ਚੰਡੀਗੜ੍ਹ ਚ ਇਹਨਾਂ ਨੇ ਫਿਰ ਧਰਨਾ ਦੇਣਾ ਅਗਰ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ। ਜੀ ਜੀ ਹਾਂਜੀ। ਔਰ
ਇਹਦੇ ਵਿੱਚ ਅਨੂ ਜੀ ਖਾਸ ਜਿਹੜੀ ਇੱਕ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਜਿਹਦੇ ਜਿਹੜਾ ਪਿਛਲੇ ਵੈਡਨਸਡੇ ਹਾਂਜੀ ਉਹ ਮੈਂ ਆਲਰੇਡੀ ਹਾਂਜੀ ਕਰ ਚੁੱਕੀ ਹਾਂ ਸ਼ੇਅਰ ਗੱਲ ਹਾਂਜੀ ਹਾਂ ਕਰ ਚੁੱਕੀ ਹਾਂ ਉਹ ਤੋ ਹਾਂਜੀ ਇਹ ਔਰ ਜਿਹੜਾ ਦੂਸਰਾ ਇੱਕ ਇੰਪੋਰਟੈਂਟ ਐਕਸ਼ਨ ਹੋਣ ਜਾ ਰਿਹਾ ਜੀ ਉਹ ਦਲਿਤਾਂ ਨੂੰ ਲੈ ਕੇ ਆ ਖਾਸ ਤੌਰ ਤੇ ਸੰਗਰੂਰ ਜ਼ਿਲ੍ਹੇ ਵਿੱਚ ਕੋਈ ਸੌ ਸਵਾ ਸੌ ਦੇ ਕਰੀਬ ਪਿੰਡ ਨੇ ਜਿਹੜੇ ਪਿਛਲੇ ਦੋ ਤਿੰਨ ਸਾਲਾਂ ਤੋਂ ਮੇਰਾ ਖਿਆਲ ਹੈ ਕਿ 2014 ਜਾਂ 2012 ਤੋਂ ਉਹਨਾਂ ਦਾ ਸੰਘਰਸ਼ ਚੱਲਦਾ ਆ ਰਿਹਾ ਕਿ ਖਾਸ ਤੌਰ ਤੇ ਪਿੰਡ ਹੈ ਜਿਹੜਾ ਬਾਲਦ ਕਲਾਂ ਮੇਰਾ ਖਿਆਲ ਨਾਮ ਹੈ ਪਿੰਡ ਦਾ ਕਿ ਉੱਥੇ 1961 ਵਿੱਚ ਇੱਕ ਐਕਟ ਬਣਿਆ ਕਿ ਜਿਹੜੀ ਸ਼ਾਮਲਾਟ ਦੀ ਜ਼ਮੀਨ ਜਾਂ ਮੇਰੇ ਖਿਆਲ ਸ਼ਾਮਲਾਟ ਜ਼ਮੀਨ ਉਹਨੂੰ ਕਿਹਾ ਜਾਂਦਾ ਪਿੰਡਾਂ ਵਿੱਚ ਜਿਹੜੀ ਕਿ ਹਾਂਜੀ ਹਾਂਜੀ ਉਹਦਾ ਜਿਹੜਾ ਤੀਜਾ ਹਿੱਸਾ ਵਨ ਥਰਡ ਹੈ ਜਿਹੜਾ ਉਹਦਾ ਉਹ ਜਿਹੜੇ ਸ਼ਡਿਊਲਡ ਕਾਸਟ ਨੇ ਜਾਂ ਜਿਹਨਾਂ ਨੂੰ ਹਾਂ ਬੇਜ਼ਮੀਨੇ ਨੇ ਜਿਹੜੇ ਉਹ ਉਹਨਾਂ ਲਈ ਰਾਖਵਾਂ ਹੋਣਾ ਚਾਹੀਦਾ ਹੈ ਔਰ ਉਹਨਾਂ ਨੂੰ ਉਹ ਲੀਜ਼ ਤੇ ਜ਼ਮੀਨ ਮਿਲਣੀ ਚਾਹੀਦੀ ਹੈ ਤੋ ਉਸ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਆ ਇਸ ਏਰੀਏ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਜਿਹੜੇ ਕੁਛ ਪਿੰਡ ਨੇ ਉਹਨਾਂ ਨੇ ਬਹੁਤ ਤਿੱਖਾ ਸੰਘਰਸ਼ ਲੜਿਆ ਹੈ ਔਰ ਇਹਨਾਂ ਦੀ ਮਦਦ ਤੇ ਹਾਂਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਆ ਉਹ ਇਹਨਾਂ ਨੇ ਸਾਥ ਦਿੱਤਾ ਇਹਨਾਂ ਦਾ ਬਹੁਤ ਤੋ ਪਿਛਲੇ ਮੇਰਾ ਖਿਆਲ ਆ ਬੀਤੇ ਦੋ ਚਾਰ ਦਿਨਾਂ ਚ ਵੀ ਉੱਥੇ ਬਹੁਤ ਤਿੱਖਾ ਸੰਘਰਸ਼ ਚੱਲ ਰਿਹਾ ਔਰ ਇਸ ਵਕਤ ਜਿਹੜਾ ਆਉਣ ਵਾਲਾ ਕੱਲ ਹੈ ਯਾਨੀ ਕਿ 24 ਮਈ ਉੱਥੇ ਬਾਲਦ ਕਲਾਂ ਵਿੱਚ ਹੀ ਜ਼ਮੀਨ ਦੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਧੱਕੇ ਨਾਲ ਬੋਲੀ ਲੱਗਣ ਜਾ ਰਹੀ ਹੈ ਪਰ ਅਨੂ ਜੀ ਇਹਦੇ ਵਿੱਚ ਜਿਹੜੀ ਖਾਸ ਗੱਲ ਇਹ ਹੈ ਕਿ ਸੱਤਾਧਾਰੀ ਪਾਰਟੀਆਂ ਪੁਲਿਸ ਪ੍ਰਸ਼ਾਸਨ ਜਿਹੜੀਆਂ ਸੱਤਾਧਾਰੀ ਪੰਚਾਇਤਾਂ ਖਾਸ ਕਰਕੇ ਬਾਦਲਾਂ ਦੀਆਂ ਸਪੋਰਟ ਜਿਹੜੀਆਂ ਪੰਚਾਇਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਰਲ ਮਿਲ ਕੇ ਇਹ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਹੈ ਉਹਦੇ ਵਿਰੁੱਧ ਕੰਮ ਕਰ ਰਹੇ ਝੂਠੇ ਕੇਸ ਪਾਏ ਜਾ ਰਹੇ ਆ ਮੈਂ ਪੜ੍ਹਦਾ ਸੀਗਾ ਇਹਨਾਂ ਦੇ ਵਿੱਚੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਚ ਨੌਜਵਾਨ ਨੂੰ ਅਣਪਛਾਤੇ ਬੰਦਿਆਂ ਨੇ ਅਗਵਾਹ ਕਰਕੇ ਉਹਦੀ ਕੁੱਟਮਾਰ ਕਰਕੇ ਅਧੂਮਿਆਂ ਦੀ ਹਾਲਤ ਦੇ ਵਿੱਚ PGI ਹਸਪਤਾਲ ਦੇ ਵਿੱਚ ਸ਼ਾਮਲ ਹੈ ਦੋ ਗੁੱਟਾਂ ਦੇ ਵਿੱਚ ਗੋਲੀਬਾਰੀ ਵੀ ਹੋਈ ਹੈ ਸੋ ਕਾਫੀ ਤਿੱਖਾ ਹੁੰਦਾ ਜਿਹੜਾ ਸੰਘਰਸ਼ ਜਿਹੜਾ ਨਜ਼ਰ ਆ ਰਿਹਾ ਹੈ ਔਰ ਉਹ ਅਕਸਰ ਹੁੰਦਾ ਕੀ ਹੈ ਕਿ ਜਦੋਂ ਉਹ ਬੋਲੀ ਲਗਾਈ ਜਾਂਦੀ ਹੈ ਜ਼ਮੀਨ ਦੀ ਜਿਹੜੇ ਪੰਚਾਇਤ ਵਾਲੇ ਨੇ ਜਾਂ ਪੁਲਿਸ ਵਾਲੇ ਨੇ ਉਹ ਆਪਣੇ ਵੱਲੋਂ ਇੱਕ ਡਮੀ ਬਾਇਰ ਉੱਥੇ ਖੜਾ ਕਰ ਦਿੰਦੇ ਨੇ ਕਿਸੇ ਦਲਿਤ ਨੂੰ ਪਤਾ ਨੀ ਹੁਣ ਉਹ ਦਲਿਤ ਵੀ ਹੋਣਗੇ ਜਾਂ ਖਰੀਦ ਲਿਆ ਜਾਂਦਾ ਲੋਕਾਂ ਨੂੰ ਸੋ ਉਹਨਾਂ ਕੋਲੋਂ ਇੱਕ ਆਰਜ਼ੀ ਤੌਰ ਤੇ ਇੱਕ ਬੋਲੀ ਜਿਹੜੀ ਹੈ ਲਗਵਾ ਦਿੱਤੀ ਜਾਂਦੀ ਹੈ ਬੇਸਿਕਲੀ ਧਨਾੜ ਜ਼ਮੀਨ ਜਿਹੜੇ ਜ਼ਮੀਨਦਾਰ ਨੇ ਉਹਨੂੰ ਜੀ ਉਹ ਇੱਕ ਦਲਿਤ ਨੂੰ ਕਰਪਟ ਕਰਕੇ ਉਹਨੂੰ ਨਾਲ ਤੇਰੇ ਨਾਂ ਦੇ ਉੱਪਰ ਔਰ ਜਿਹੜੀ ਬੋਲੀ ਵੀ ਲਾਈ ਜਾਂਦੀ ਜਿਹੜਾ ਮਿਨੀਮਮ ਰੇਟ ਆ ਬੋਲੀ ਦਾ ਉਹ 7,000 ਤੋਂ ਸ਼ੁਰੂ ਹੋਣਾ ਚਾਹੀਦਾ ਜਦਕਿ ਉਹ ਜਿਹੜਾ ਰੇਟ ਇਹ 20,000 ਤੋਂ ਸ਼ੁਰੂ ਕਰਦੇ ਆ ਦੂਸਰਾ ਨੂੰ ਜੀ ਜਦੋਂ ਅਸੀਂ ਕਿਉਂਕਿ ਅਸੀਂ ਕਿਸਾਨੀ ਸੰਕਟ ਦੇ ਨਾਲ ਅਸੀਂ ਵਾਬਸਤਾ ਜੁੜੇ ਹੋਏ ਆ ਸੋ ਅਸੀਂ ਬਿਲਕੁਲ ਵੀ ਕਿਸੇ ਤਰੀਕੇ ਨਾਲ ਜਿਹੜਾ ਛੋਟਾ ਜਿਹੜਾ ਕਿਸਾਨ ਆ ਜਿਹੜਾ ਮਰ ਰਿਹਾ ਹੈ ਉਹਦੇ ਬਿਲਕੁਲ ਵਿਰੋਧ ਚ ਨਹੀਂ ਹੈ ਪਿਛਲੇ ਮੇਰੇ ਖਿਆਲ 6-7 ਮਹੀਨੇ ਪਹਿਲਾਂ ਅਸੀਂ ਅਨੂ ਜੀ ਇੰਟਰਵਿਊ ਕੀਤੀ ਸੀਗੀ ਕਸ਼ਮੀਰ ਸਿੰਘ ਕੂਸਲ ਹੋਣਾ ਨਾਲ ਜਿਹੜਾ ਕਰਤਾਰਪੁਰ ਦੇ ਲਾਗੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਫਾਰਮ ਸੀਗਾ ਕਪੂਰ ਫਾਰਮ ਜਿਹਦੀ 6,500 ਏਕੜ ਦੇ ਕਰੀਬ ਉਹਨਾਂ ਦੀ ਜ਼ਮੀਨ ਹੈ ਸੋ ਬਹੁਤ ਜਿਹੜੇ ਵੱਡੇ ਵੱਡੇ ਜਿਹੜੇ ਫਾਰਮ ਨੇ ਔਰ ਹੋਰ ਉਹ ਜਿਹੜੇ ਵੱਡੇ ਧਨਾੜ ਜ਼ਮੀਨਦਾਰ ਨੇ ਉਹਨਾਂ ਦਾ ਹੀ ਕਬਜ਼ਾ ਹੈਗਾ ਆ ਪੰਚਾਇਤ ਦੀਆਂ ਜਿਹੜੀਆਂ ਜ਼ਮੀਨਾਂ ਦੇ ਉੱਪਰ ਸੋ ਉਹਨਾਂ ਦੇ ਨਾਲ ਇਹ ਸੰਘਰਸ਼ ਹੈਗਾ ਆ ਬਾਕੀ ਇਹ ਇਹਨਾਂ ਦੇ ਨਾਲ ਜਿਹੜੇ ਛੋਟੀ ਕਿਸਾਨੀ ਹੈ ਕਿਸਾਨ ਜਥੇਬੰਦੀਆਂ ਹੈ ਉਹ ਇਹ ਸਾਰੇ ਸੰਘਰਸ਼ ਦੇ ਵਿੱਚ ਜੁੜੀਆਂ ਹੋਈਆਂ ਨੇ ਤੇ ਅਨੂ ਜੀ ਅਸੀਂ ਵੈਸੇ ਅੱਜ ਸਾਡਾ ਸੀਗਾ ਕਿ ਇਸ ਡਿਟੇਲ ਦੇ ਵਿੱਚ ਗੱਲ ਕੀਤੀ ਜਾਵੇ ਕਿਉਂਕਿ ਜਿਹੜੀ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹਦੇ ਵਿੱਚ ਆਪਣੇ ਸਾਥੀ ਨੇ ਸੁਖਵਿੰਦਰ ਪੱਪੀ ਕਰਕੇ ਉਹਨਾਂ ਨਾਲ ਅੱਜ ਗੱਲ ਹੋਈ ਸੀਗੀ ਕਿਉਂਕਿ ਕੱਲ੍ਹ ਉਹਨਾਂ ਦਾ ਇੱਕ ਬਹੁਤ ਵੱਡਾ ਪ੍ਰਦਰਸ਼ਨ ਆ ਸੋ ਉਹ ਤਿਆਰੀ ਦੇ ਵਿੱਚ ਲੱਗੇ ਹੋਏ ਸੀਗੇ ਸੋ ਅਗਲੇ ਮੰਡੇ ਨੂੰ ਜਾਂ ਜਿਹੜਾ ਵੈਡਨਸ ਤੇ ਵੀਰ ਅਮਰਿੰਦਰ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਜ਼ਰੂਰ ਸੁਖਵਿੰਦਰ ਪੱਪੀ ਹੁਣਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਔਰ ਇਹ ਸਾਰੀ ਡਿਟੇਲ ਦੇ ਵਿੱਚ ਇਹਦਾ ਇਤਿਹਾਸਕ ਪੱਖ ਤੇ ਜੋ ਜਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਮੈਨੂੰ ਫੋਨ ਤੇ ਕਾਫੀ ਗੱਲਾਂ ਉਹਨਾਂ ਨਾਲ ਹੋਈਆਂ ਕਿ ਇਹ ਸਾਰਾ ਮਤਲਬ
ਜਿਹੜੇ ਬੇਜ਼ਮੀਨ ਦਲਿਤ ਪਰਿਵਾਰ ਹੈ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਜਿਹੜਾ ਕਾਨੂੰਨ ਦੇ ਵਿੱਚ ਸੰਵਿਧਾਨਕ ਤੌਰ ਦੇ ਉੱਪਰ ਇਹ ਤੁਹਾਨੂੰ ਹੱਕ ਦਿੱਤਾ ਗਿਆ ਆ ਉਹ ਤੇ ਜਿਹੜਾ ਬਰਨਾਲੇ ਦੇ ਵਿੱਚ ਸੇਖਾਂ ਕਰਕੇ ਇੱਕ ਪਿੰਡ ਹੈਗਾ ਜਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੋ ਅਸੀਂ ਅਗਲੇ ਹਫ਼ਤੇ ਉਹਨਾਂ ਨਾਲ ਡਿਟੇਲ 'ਚ ਗੱਲ ਕਰਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਪਰ ਕਾਫ਼ੀ ਵੱਡੇ ਲੈਵਲ ਤੇ ਇਸ ਟਾਈਮ ਦੋ ਵੱਡੇ ਸੰਘਰਸ਼ ਚੱਲ ਰਹੇ ਨੇ ਇੱਕ ਤੇ ਕਿਸਾਨ ਯੂਨੀਅਨ ਡਕਾਉਂਦਾ ਤੇ ਦੂਸਰਾ ਜਿਹੜੀ ਸੰਘਰਸ਼ ਪ੍ਰਾਪਤੀ ਸੋਰੀ ਜ਼ਮੀਨ ਪ੍ਰਾਪਤੀ ਸੰਘਰਸ਼ ਜਿਹੜਾ ਚੱਲ ਰਿਹਾ ਸੋ ਔਰ ਜਿਉਂ ਜਿਉਂ ਸੰਘਰਸ਼ ਨੂੰ ਜੀ ਤਿੱਖੇ ਹੁੰਦੇ ਜਾ ਰਹੇ ਨੇ ਆਪਣੀਆਂ ਨੂੰ ਤਿਆਰ ਜੀ ਵੀਡੀਓ ਹਾਂਜੀ ਹਾਂਜੀ ਔਰ ਇਹਦੇ ਵਿੱਚ ਮੇਰੇ ਖਿਆਲ 12 ਕੁ ਕਰੀਬ ਦੇ ਪਿੰਡ ਐਸੇ ਵੀ ਨੇ ਸੰਗਰੂਰ ਜ਼ਿਲ੍ਹੇ 'ਚ ਜਿਨ੍ਹਾਂ ਨੇ ਆਲਰੇਡੀ ਕਬਜ਼ਾ ਲੈ ਲਿਆ ਹੋਇਆ ਹੈ ਦਲਿਤਾਂ ਨੇ ਔਰ ਉੱਥੇ ਉਹ ਸਾਂਝੀ ਖੇਤੀ ਕਰਦੇ ਨੇ ਉਹ ਅਗਲੀ ਵਾਰੀ ਮੈਂ ਕੋਸ਼ਿਸ਼ ਕਰਾਂਗੀ ਕਿ ਰਿਪੋਰਟ ਲਿਆ ਕੇ ਉਹ ਫਿਗਰਸ ਵੀ ਸਾਰੇ ਦਿੱਤੇ ਜਾਣ ਕਿ ਕਿਸ ਤਰ੍ਹਾਂ ਕਿੰਨੀ ਉਹਨਾਂ ਨੂੰ ਪੈਦਾਵਾਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਹਨਾਂ ਨੇ ਹੋਰ ਵਿੱਚੋਂ ਆਮਦਨ ਕਰਕੇ ਹੋਰ ਜ਼ਮੀਨ ਖਰੀਦਣ ਦੇ ਉਹ ਕਾਬਲ ਹੋ ਗਏ ਨੇ ਸਾਂਝੀ ਖੇਤੀ ਕਰਕੇ ਔਰ ਉਹੋ ਜਿਹੀਆਂ ਜਗ੍ਹਾਵਾਂ ਤੇ ਇਹ ਆਉਣ ਵਾਲੇ ਅਗਲੇ ਕੁਛ ਦਿਨਾਂ 'ਚ ਜਿਹੜੇ ਜਿਨ੍ਹਾਂ ਜ਼ਮੀਨਾਂ ਤੇ ਉਹਨਾਂ ਨੇ ਆਲਰੇਡੀ ਕਬਜ਼ਾ ਕਰ ਲਿਆ ਹੈ ਉਹਦੀ ਰਾਖੀ ਮਿਲ ਜੁਲ ਕੇ ਈਵਨ ਔਰਤਾਂ ਬੱਚੇ ਸਾਰੇ ਸ਼ਾਮਲ ਨੇ ਕਿਉਂਕਿ ਉਹ ਆਲਦੋ ਕਬਜ਼ਾ ਦਲਿਤਾਂ ਦਾ ਹੋ ਗਿਆ ਜ਼ਮੀਨ ਤੇ ਪਰ ਫੇਰ ਵੀ ਉਹਨਾਂ ਨਾਲ ਧੱਕਾ ਕਰਕੇ ਦੁਬਾਰਾ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਵੀ ਕੀਤਾ ਜਾ ਰਿਹਾ ਕਿ ਉਹ ਜਿਹੜੇ ਸਾਂਝੀ ਖੇਤੀ ਕਰ ਰਹੇ ਨੇ ਉਹਨਾਂ ਦੇ ਵਿੱਚ ਪਾੜ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਮਿਊਨਿਟੀ ਆਪਸ ਵਿੱਚ ਡਿਵਾਈਡ ਹੋ ਜਾਵੇ ਫਿਰ ਸੌਖਾ ਹੋ ਜਾਏਗਾ ਉਹਨਾਂ ਨੂੰ ਦੁਬਾਰਾ ਪੁਰਾਣਾ ਨੂੰ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਅਨੂ ਜੀ ਮੈਨੂੰ ਹੋਰ ਵੀ ਗੱਲ ਕਿ ਗਊਸ਼ਾਲਾਵਾਂ ਨੂੰ ਇਹ ਜਿਹੜੀ ਸ਼ਾਮਲਾਟ ਹੈ ਜ਼ਮੀਨ ਆ ਉਹ ਦਿੱਤੀ ਜਾ ਰਹੀ ਹੈ ਪਰ ਜਿਹੜੇ ਬੰਦੇ ਨੇ ਜਿਨ੍ਹਾਂ ਦੇ ਬੇਜ਼ਮੀਨੇ ਨੇ ਜਿਹੜੇ ਉੱਥੇ ਆਪਣੀ ਖੇਤੀ ਕਰਕੇ ਕੋਈ ਆਪਣਾ ਬਣਾ ਸਕਦੇ ਉਹਨਾਂ ਦੇ ਉਹਨਾਂ ਨੂੰ ਉਹ ਜ਼ਮੀਨ ਦਿੱਤੀ ਜਾ ਰਹੀ ਪਰ ਗਊਸ਼ਾਲਾਵਾਂ ਨੂੰ ਇਹ ਜਿਹੜੀ ਜ਼ਮੀਨ ਆ ਘੱਟ ਤੇ ਬੋਲੀ ਲਾ ਕੇ ਤੇ ਉਹ ਸਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸੋ ਅਨੂ ਜੀ ਇਹ ਜਿਹੜਾ ਪਿੰਡ ਮਿਰਹਲ ਪਿੰਡ ਸੰਗਰੇੜੀ ਦਾ ਵੀ ਐਨੀਵੇ ਅਸੀਂ ਅਗਲੇ ਹਫ਼ਤੇ ਫਿਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਰ ਅਸੀਂ ਅਨੂ ਜਿਹੜੀ ਹੋਰ ਇਹਦੇ ਨਾਲ ਗੱਲ ਜੋੜਨਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਸੰਘਰਸ਼ ਤੇਜ਼ ਹੋ ਰਿਹਾ ਉਸ ਤਰੀਕੇ ਨਾਲ ਜਿਹੜੇ ਵਿਰੋਧੀ ਤਾਕਤਾਂ ਨੇ ਉਹ ਵੀ ਆਪ ਜਥੇਬੰਦ ਹੋ ਰਹੀਆਂ ਨੇ ਇਸ ਸੰਘਰਸ਼ ਦੇ ਖਿਲਾਫ ਕਿਸਾਨਾਂ ਤੇ ਮਜ਼ਦੂਰਾਂ ਦਾ ਔਰ ਸਾਡੇ ਵਾਸਤੇ ਸੰਘਰਸ਼ੀ ਲੋਕਾਂ ਵਾਸਤੇ ਪਹਿਲਾਂ ਤੇ ਤਿੰਨ ਦੁਸ਼ਮਣ ਕਹਿ ਲਓ ਇੱਕ ਬੀਜੇਪੀ ਕਾਂਗਰਸ ਤੇ ਅਕਾਲੀ ਜਾਂ ਅਕਾਲੀ ਕਾਂਗਰਸ ਆਪਣੇ ਬੀਜੇਪੀ ਦਾ ਗੱਠਜੋੜ ਹੁਣ ਜਿਹੜੀ ਤੀਜੀ ਧਿਰ ਬਿਲਕੁਲ ਖੁੱਲ੍ਹ ਕੇ ਸਾਡੇ ਨੇਤਰ ਕੇ ਸਾਹਮਣੇ ਸਾਡੇ ਵਿਰੋਧ ਦੇ ਵਿੱਚ ਆ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ ਹਾਂਜੀ ਕਿਉਂਕਿ ਸੋਸ਼ਲ ਮੀਡੀਆ ਤੇ ਕਾਫ਼ੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਕਿਸਾਨ ਯੂਨੀਅਨ ਜਿਹੜੀਆਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਬਾਦਲ ਸਰਕਾਰ ਦੇ ਹੱਕ ਦੀ ਗੱਲ ਕਰਦੀਆਂ ਨੇ ਔਰ ਉਹਨਾਂ ਦੇ ਹੱਥਾਂ ਚ ਵਿਕੀਆਂ ਹੋਈਆਂ ਨੇ ਦੋ ਹੈਗੀਆਂ ਨੇ ਪਰ ਉਹ ਜਸਟ ਕਿਸਾਨ ਯੂਨੀਅਨ ਕਹਿ ਰਹੇ ਨੇ ਕਿ ਇਹ ਸਭ ਸਾਰੀਆਂ ਯੂਨੀਅਨਸ ਇੱਕੋ ਜੀਆਂ ਨੇ ਸੋ ਇਹ ਔਰ ਖਾਸ ਕਰਕੇ ਜਿਹੜਾ ਡਕੌਂਡਾ ਯੂਨੀਅਨ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਹੈ ਵੀ ਅਸੀਂ ਉੱਥੇ ਧਰਨਾ ਦਿੱਤਾ ਹੈਗਾ ਇਹਨਾਂ ਨੇ ਦਿੱਤਾ ਹੈ ਕਿਹੋ ਜਿਹੀਆਂ ਉਹ ਮੇਰਾ ਖਿਆਲ ਇਹਨਾਂ ਨੇ ਕਿਹਾ ਕਿ ਉਹ 16 ਤਰੀਕ ਨੂੰ ਜਿਹੜਾ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਉਸ ਦਿਨ ਸ਼ਾਇਦ ਆਮ ਆਦਮੀ ਪਾਰਟੀ ਦਾ ਵੀ ਕੁਝ ਸੀ ਕੋਈ ਉਹ ਕਹਿੰਦੇ ਕਿ ਇਹਨਾਂ ਨੇ ਜਾਣ ਬੁੱਝ ਕੇ ਉਸੇ ਦਿਨ ਆਪਣਾ ਧਰਨਾ ਸ਼ੁਰੂ ਕੀਤਾ ਕਿ ਸਾਨੂੰ ਪਿੱਛੇ ਪਾਉਣ ਲਈ ਆਮ ਆਦਮੀ ਪਾਰਟੀ ਦੇ ਕੁਛ ਜਿਹੜੇ ਸਪੋਰਟਰਸ ਨੇ ਸਮਰਥਕ ਨੇ ਉਹ ਇਸ ਤਰ੍ਹਾਂ ਕਹਿ ਰਹੇ ਨੇ ਦੇਖੋ ਕੌਣ ਕਿਹਦੇ ਹੱਕ ਚ ਭੁਗਤਦਾ ਪਿਆ ਸੋ ਉਹਦੇ ਰਿਐਕਸ਼ਨ ਦੇ ਵਿੱਚ ਅਨੂ ਜੀ ਅਸੀਂ ਬਹੁਤ ਇੱਕ ਪਾਵਰਫੁਲ ਪਹਿਲਾਂ ਤੇ ਸਾਨੂੰ ਅਸੀਂ ਪਹਿਲਾਂ ਵੀ ਇਸ ਮਾਧਿਅਮ ਦੇ ਉੱਪਰ ਗੱਲ ਕਰ ਚੁੱਕੇ ਹਾਂ ਕਿ ਸਾਨੂੰ ਸਮਝ ਨਹੀਂ ਇਸ ਗੱਲ ਦੀ ਆਈ ਕਿ ਕਾਮਰੇਡ ਧਰਮਵੀਰ ਗਾਂਧੀ ਵਰਗੇ ਜਾਂ ਇੰਨੇ ਮਤਲਬ ਪਹੁੰਚੇ ਹੋਏ ਫਿਲੋਸਫਰ ਡਾਕਟਰ ਦਲਜੀਤ ਸਿੰਘ ਹੋਣੀ ਉਹ ਇਹਨਾਂ ਦੇ ਨਾਲ ਮਿਲੇ ਕਿਉਂ ਸੋ ਮੈਨੂੰ ਤੇ ਲੱਗਦਾ ਹੁਣ ਵੀ ਟਾਈਮ ਹੈਗਾ ਕਿ ਇਹਨਾਂ ਨੂੰ ਆਪੇ ਛੱਡ ਕੇ ਕਿਸੇ ਹੋਰ ਸੰਘਰਸ਼ੀਲ ਧਿਰ ਜਾਂ ਬਣਾਉਣ ਜਾਂ ਆਲਰੇਡੀ ਜਿਹੜੇ ਸੰਘਰਸ਼ ਧਿਰ ਜਿਹੜੀਆਂ ਸੰਘਰਸ਼ ਉਹਨਾਂ ਨਾਲ ਆ ਕੇ ਮਿਲ ਲੈਣ ਕਿਉਂਕਿ ਇਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਵਾ ਪਰ ਇਹ ਤੇ ਬਿਲਕੁਲ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਨੂੰ ਕੋਈ ਦੋ ਚਾਰ ਬੰਦੇ ਹੈਗੇ ਨੇ ਵਧੀਆ ਹੈਗੇ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈਗਾ ਸਾਨੂੰ ਤੇ ਸ਼ੁਰੂ ਦਿਨ ਦੇ ਵਿੱਚੋਂ ਕੋਈ ਸ਼ੱਕ ਨਹੀਂ ਸਾਨੂੰ ਯਕੀਨ ਸੀਗਾ ਕਿ ਇਹ ਗਾਂਧੀ ਟੋਪੀ ਪਾ ਕੇ ਤੇ ਇਹ ਕਦੀ ਹਿੰਦੁਸਤਾਨ ਦਾ ਭਲਾ ਨਹੀਂ ਕਰ ਸਕਦੇ ਜਿਸ ਤਰੀਕੇ ਨਾਲ ਸੈਂਟਰਲ ਕਮਾਂਡ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹਨਾਂ ਦੇ ਪਿੱਛੇ ਬੈਠੀਆਂ ਹੋਈਆਂ ਨੇ ਜਿਹੜੀਆਂ ਸਰਮਾਏਦਾਰੀ ਤਾਕਤਾਂ ਇਹਨਾਂ ਦੇ ਪਿੱਛੇ ਬੈਠੀਆਂ ਹੋਈਆਂ ਆ ਕਿਵੇਂ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ ਇਹਨਾਂ ਦੀ ਸਵਰਾਜ ਜਿਹੜੀ ਸੋ ਕਾਲ ਸਵਰਾਜ
ਜਿਹੜੀ ਕੇਜਰੀਵਾਲ ਦੀ ਬਹੁਤ ਆਪਣੇ ਵਾਲੇ ਕੰਸਟੀਟਿਊਸ਼ਨ ਲਿਖਿਆ ਗਿਆ ਉਹਦੇ ਵਿੱਚ ਕੋਈ ਫਿਲਾਸਫੀ ਇਹੋ ਜਿਹੀ ਕੋਈ ਹੈਗੀ ਨਹੀਂ ਨੀਤੀ ਕੋਈ ਨਹੀਂ ਹੈਗੀ ਜਿਹੜੀ ਲੋਕਾਂ ਦਾ ਭਲਾ ਕਰ ਸਕੇ ਸੋ ਇਹ ਝਾੜੂ ਵਾਲਾ ਜਿਹੜਾ ਰਿਫੋਰਮ ਵਾਲਾ ਸੀ ਗੱਲਬਾਤ ਸਾਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ ਸੀਗੀ ਪਰ ਆਹ ਜਿਹੜੀ ਗੱਲ ਡਾਕਟਰ ਧਰਮਵੀਰ ਗਾਂਧੀ ਕਰ ਰਹੇ ਨੇ ਜਿਹੜਾ ਏ ਬੀ ਪੀ ਦੇ ਮਾਧਿਅਮ ਦੇ ਥਰੂ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਿਲਕੁਲ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ ਜਿਹੜੀ ਗੱਲ ਅਸੀਂ ਕਰਦੇ ਆ ਰਹੇ ਸੀਗੇ ਉਹ ਹੁਣ ਸੱਚ ਬਿਲਕੁਲ ਸਾਹਮਣੇ ਦਿਸ ਰਹੀ ਹੈ ਜੀ ਜੋ ਨਰਾਜ਼ਗੀ ਹੈ ਜੋ ਮੇਰੇ ਡਿਫਰੈਂਸਿਸ ਨੇ ਉਹ ਜੱਗ ਜਾਹਰ ਨੇ ਕਿ ਉਹਦੇ 'ਚ ਕੋਈ ਮੈਰੀ ਕੋਈ ਕੇਜਰੀਵਾਲ ਨਾਲ ਕੋਈ ਜ਼ਮੀਨ ਸਾਂਝੀ ਨਹੀਂ ਹੈਗੀ ਕੋਈ ਜਾਇਦਾਦ ਨਹੀਂ ਵੰਡਣੀ ਅਸੀਂ ਕੋਈ ਇੱਕ ਆਦਰਸ਼ਾਂ ਦੀ ਸਾਂਝ ਸੀਗੀ ਅਤੇ ਆਦਰਸ਼ਾਂ ਦੀ ਜਿਹੜੇ ਜੋ ਮੇਰੀ ਇਹ ਪਰਸੈਪਸ਼ਨ ਬਣੀ ਹੈ ਜੋ ਮੈਨੂੰ ਸਮਝ ਆਇਆ ਹੈਗਾ ਕਿ ਹੌਲੀ ਹੌਲੀ ਆਮ ਆਦਮੀ ਪਾਰਟੀ ਆਪਣੇ ਨੂੰ ਆਦਰਸ਼ਾਂ ਤੋਂ ਭਟ ਗਈ ਹੈਗੀ ਹੈ ਜਿਸ ਕਰਕੇ ਲੋਕਾਂ ਨੇ ਜਿਨ੍ਹਾਂ ਆਦਰਸ਼ਾਂ ਕਰਕੇ ਲੋਕਾਂ ਨੇ ਹਿੰਦੁਸਤਾਨ ਦੇ ਸਿਆਸੀ ਦ੍ਰਿਸ਼ਤੇ ਇੱਕ ਨਵਾਂ ਸੂਰਜ ਦਾ ਉਹਦਾ ਹੁੰਦਾ ਦੇਖਿਆ ਸੀਗਾ ਅਤੇ ਜਿੱਥੋਂ ਤੱਕ ਅੱਜ ਦੇ ਹਾਲਾਤ ਦਾ ਤਲਕ ਹੈਗਾ ਹੈ ਪੰਜਾਬ ਦੇ ਲੋਕ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਕਾਂਗਰਸ ਸਰਕਾਰਾਂ ਤੋਂ ਜਿਹੜੀ ਕਿ ਪਿਛਲੇ 30-35 ਸਾਲ ਤੋਂ ਮਤਲਬ ਉੱਤਰ ਕਾਟੋ ਮੈਜਰਾਂ ਦੀ ਦੌੜ ਸ਼ਾਮਿਲ ਰਹਿ ਕੇ ਪੰਜਾਬ ਨੂੰ ਵਾਰੀ ਵਾਰੀ ਲੁੱਟਦੀਆਂ ਕੁੱਟਦੀਆਂ ਮੈਂ ਇੱਥੇ ਬੜੇ ਪੰਜਾਬ ਦੇ ਸਾਧਨਾਂ ਸਰੋਤਾਂ ਦੀ ਲੁੱਟ ਕੀਤੀ ਹੈਗੀ ਹੈ ਪੰਜਾਬ ਦੇ ਵੀ ਜਿਹੜਾ ਕੁਸ਼ਾਸਨ ਕੀਤਾ ਹੈਗਾ ਜਿਹੜੀ ਪ੍ਰਸ਼ਾਸਨਿਕ ਸੇਵਾਵਾਂ ਦੀ ਪੁਲਿਸ ਦੀ ਜੋ ਸਿਆਸੀਕਰਨ ਕੀਤਾ ਹੈਗਾ ਜੋ ਲੋਕਾਂ ਦੇ ਦਾਬਾ ਧੌਂਸ ਅਤੇ ਦਹਿਸ਼ ਦਾ ਰਾਜ ਕਾਇਮ ਕੀਤਾ ਉਸ ਤੋਂ ਅੱਕੇ ਹੋਏ ਸੀਗੇ ਉਸ ਤੋਂ ਅੱਕੇ ਹੋਏ ਹੈਗੇ ਹੈ ਅਤੇ ਲੋਕਾਂ ਨੇ ਆਮ ਆਦਮੀ ਪਾਰਟੀ 'ਚ ਹੁਣ ਨਹੀਂ 14 'ਚ ਇਹ ਵਿਕਲਪ ਦੇਖਿਆ ਸੀਗਾ ਇੱਕ ਹਿੰਦੁਸਤਾਨ ਤੋਂ ਬਿਲਕੁਲ ਵੱਖਰੀ ਤਰ੍ਹਾਂ ਵੋਟਿੰਗ ਪੈਟਰਨ ਪੰਜਾਬ 'ਚ ਦੇਖਣ ਨੂੰ ਮਿਲਿਆ ਸੀ ਜਿਸ ਕਿ ਜਦੋਂ ਅਸੀਂ ਦਿੱਲੀ ਗਏ 4 MP ਚੁਣ ਕੇ ਤੁਸੀਂ ਮੰਨੋ ਚਾਹੇ ਨਾ ਮੰਨੋ ਪੰਜਾਬ ਦੇ ਲੋਕ ਮੰਨਣ ਚਾਹੇ ਨਾ ਮੰਨਣ ਵਲੰਟੀਅਰ ਦਾ ਯਕੀਨ ਨਾ ਕਰਨ ਤਾਂ ਖੁਦ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦਿੱਲੀ ਵਾਲੇ ਇਹ ਚੌਂਕ ਗਏ ਸੀਗੇ ਇਹ ਹੈਰਾਨ ਰਹਿ ਗਏ ਇਹ 4 ਕਿੱਥੋਂ ਆ ਗਏ ਬਿਕੋਜ਼ ਉਹਨਾਂ ਨੂੰ ਵੀ ਆਸ ਨਹੀਂ ਸੀ ਕਿ ਪੰਜਾਬ ਵੱਖਰੀ ਤਰ੍ਹਾਂ ਵੋਟ ਕਰੂਗਾ ਪਰ ਪੰਜਾਬ ਦਾ ਇਹ ਖਾਸੀਅਤ ਸੀ ਪੰਜਾਬ ਦੀ ਸਿਆਸੀ ਬੁੱਧੀਮਤਾ ਸੀਗੀ ਪੰਜਾਬ ਦੀ ਸਿਆਣਪ ਸੀਗੀ ਕਿ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਉਹਨਾਂ ਕੁਛ ਗੁਣਾਂ ਰਾਹੀਂ ਪੰਜਾਬ ਨੂੰ ਬਦਲ ਦੇ ਤੱਕਿਆ ਉਹਨਾਂ ਗੁਣਾਂ ਦੇ ਉਹਨਾਂ ਉਹਨਾਂ ਖੂਬੀਆਂ ਕਰਕੇ ਪੰਜਾਬ 'ਚ ਇੱਕ ਨਵੀਂ ਤਰ੍ਹਾਂ ਦੀ ਜੋ ਇੱਕ ਸਿਆਸਤ ਹੈਗੀ ਹੈ ਨਵੀਂ ਤਰ੍ਹਾਂ ਦਾ ਰਾਜ ਹੈਗਾ ਨਵੀਂ ਤਰ੍ਹਾਂ ਦੀ ਸੱਤਾ ਹੈਗੀ ਹੈ ਨਵੀਂ ਤਰ੍ਹਾਂ ਦੀ ਜ਼ਿੰਦਗੀ ਹੈਗੀ ਉਸਦਾ ਆਗਾਜ਼ ਹੁੰਦਾ ਉਹਨਾਂ ਨੇ ਦੇਖਿਆ ਹੈਗਾ ਹੁਣ ਤੁਸੀਂ ਕੀ ਅਗਲਾ ਪ੍ਰੋਗਰਾਮ ਆਪਣੇ ਵਰਕਰਾਂ ਨੂੰ ਆਪਣੇ ਵਲੰਟੀਅਰਾਂ ਨੂੰ ਮੈਂ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਕਈ ਮੁੱਦਿਆਂ 'ਤੇ ਪਛਾੜ ਖਾ ਰਹੀ ਹੈਗੀ ਹੈ ਕਈ ਮੁੱਦਿਆਂ 'ਤੇ ਇਹ ਪੰਜਾਬ ਦੇ ਲੋਕਾਂ ਦੀ ਆਸ ਤੋਂ ਊਣੀ ਰਹਿ ਰਹੀ ਹੈਗੀ ਹੈ ਔਰ ਕਈ ਮੁੱਦਿਆਂ 'ਤੇ ਤਾਂ ਇਹ ਬਹੁਤ ਹੀ ਗਲਤ ਸਟੈਂਡ ਲੈ ਰਹੀ ਹੈਗੀ ਹੈ ਜੇ ਮੈਂ ਗਿਣਨਾ ਹੋਵੇ ਤਾਂ ਜੋ ਪੰਜਾਬ ਵਿੱਚ ਵੋਟਾਂ ਨੂੰ ਲੈ ਕੇ ਜਿੰਨਾ ਪੰਜਾਬ 2014 'ਚ ਸਿਆਸੀ ਪੰਜਾਬ ਸੀਗਾ ਹੌਲੀ ਹੌਲੀ ਇਹਨਾਂ ਨੇ ਪੰਜਾਬ ਨੂੰ ਡੀਪੋਲੀਟੀਸਾਈਜ਼ ਕਰਤਾ ਉਹਦਾ ਜਿਹੜਾ ਸਿਆਸੀ ਜਿਹੜਾ ਲੋਕਾਂ ਦੇ ਸਮਝ ਸੀਗੀ ਜਾਂ ਸਿਆਸੀ ਬੁੱਧੀਮਤਾ ਸੀਗੀ ਉਹਨੂੰ ਹੌਲੀ ਹੌਲੀ ਖਤਮ ਕਰਕੇ ਇੱਕ ਟਿਕਟਾਂ ਦੇ ਦੁਆਲੇ ਇੱਕ ਇਲੈਕਸ਼ਨ ਦੇ ਦੁਆਲੇ ਇੱਕ ਸਰਕਾਰ ਦੇ ਦੁਆਲੇ ਇੱਕ ਅਜਿਹੀ ਲਾਲਚ ਦੀ ਹਲਕਾ ਦੀ ਅਤੇ ਇੱਕ ਰੈਟ ਰੇਸ ਦੀ ਇੱਕ ਅਜਿਹੀ ਦੌੜ ਚਾਲੂ ਕਰ ਦਿੱਤੀ ਹੈਗੀ ਹੈ ਜਿਸ ਵਿੱਚ ਕਿ ਸਾਰਾ ਪੰਜਾਬ ਮੁੱਦਿਆਂ ਦੇ ਸੋ ਦੋਸਤੋ ਲਾਲਚ ਹਲਕਾ ਤੇ ਰੈਟ ਰੇਸ ਸੋ ਮੇਰਾ ਨਹੀਂ ਖਿਆਲ ਇਸ ਤੋਂ ਅਨੂ ਜੀ ਕੋਈ ਪਾਵਰਫੁਲ ਕੋਈ ਸ਼ਬਦ ਹੋ ਸਕਦਾ ਹੈ ਇਕੁਏਟਸ ਟੂ ਕੈਪੀਟਲਿਜ਼ਮ ਹਾਂਜੀ ਬਿਲਕੁਲ ਮੈਨੂੰ ਤੇ ਇਹੋ ਸਮਝ ਆਈ ਹੈ ਰੈਟ ਰੇਸ ਲਾਲਚ ਸਾਰਾ ਇਵਨ ਅਸੀਂ ਗੱਲ ਰਿਪੀਟ ਕਰਦੇ ਹਾਂ ਜਦੋਂ ਪੰਜਾਬ ਦੇ ਵਿੱਚ ਆ ਕੇ ਵੀ ਕੇਜਰੀਵਾਲ ਹੁਣੀ ਲੁਧਿਆਣੇ ਦੇ ਸਨਅਤੀਕਾਰਾਂ ਨੂੰ ਮਿਲਦੇ ਆ ਤੇ ਉਹ ਕਹਿੰਦੇ ਵੀ ਅਸੀਂ ਜਿਹੜੀ ਪਾਲਿਸੀ ਬਣਾਵਾਂਗੇ ਤੁਹਾਡੇ ਤੋਂ ਪੁੱਛ ਕੇ ਬਣਾਵਾਂਗੇ ਸੋ ਇਹ ਲੋਕ ਪੱਖੀ ਇਹ ਲੋਕ ਮਤਲਬ ਕਿਸ ਤਰੀਕੇ ਨਾਲ ਇਹ ਪਾਰਟੀ ਲੋਕ ਪੱਖੀ ਹੋ ਸਕਦੀ ਹੈ ਪਾਲਿਸੀ ਤੇ ਕੋਈ ਸਾਹਮਣੇ ਪੇਸ਼ ਤੇ ਕਰੋ ਕੀ ਆ ਪਾਲਿਸੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਦੇ ਜਿਹੜੇ ਆਏ ਸੀਗੇ ਰੀਪ੍ਰੈਜੈਂਟੇਟਿਵ ਜਰਨੈਲ ਸਿੰਘ ਉਹ ਕਹਿੰਦੇ ਸੀ ਵੀ ਆਪਾਂ ਮਿਨੀਮਮ ਜਿਹੜਾ ਸਪੋਰਟ ਪ੍ਰਾਈਸ ਹਟਾ ਕੇ ਸਾਰਾ ਕੁਝ ਪ੍ਰਾਈਵੇਟਾਈਜ਼ ਕੀਤਾ ਜਾਵੇ ਮਤਲਬ ਹੁਣ ਪਤਾ ਨਹੀਂ ਆਪਣੇ ਪੰਜਾਬੀਆਂ ਦੀ ਕਿੱਧਰ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਕਿਉਂ ਇਸ ਪਾਰਟੀ ਦੇ ਨਾਲ ਜਾਂ ਇਹਨਾਂ ਦੇ ਨਾਲ ਔਰ ਇਸੇ ਕਰਕੇ ਜਿੰਨੀਆਂ ਵੀ ਸੰਘਰਸ਼ਸ਼ੀਲ ਸ਼ਕਤੀਆਂ ਪੰਜਾਬ ਵਿੱਚ ਕੰਮ ਕਰ ਰਹੀਆਂ ਨੇ ਉਹ ਇੰਨੀਆਂ ਜ਼ਿਆਦਾ ਡਿਸਅਲੂਜਨ ਨੇ ਸਾਰੇ ਪੋਲੀਟੀਕਲ ਸਿਸਟਮ ਦੇ ਉੱਪਰ ਉਹ ਜਿੰਨੀਆਂ ਵੀ ਰੈਲੀ ਹੋ ਰਹੀਆਂ ਨੇ ਉਹਦੇ ਵਿੱਚ ਇਹੀ ਨਾਰਾ ਦੇ ਰਹੇ ਕਿ ਆਪਣੇ ਹੱਕਾਂ ਦੀ ਰਾਖੀ ਆਪ ਕਰੋ ਕਿਉਂਕਿ ਇਹ ਪੋਲੀਟੀਕਲ ਸਿਸਟਮ ਦੇ ਵਿੱਚ ਉਹਨਾਂ ਦਾ ਬਿਲਕੁਲ ਵਿਸ਼ਵਾਸ ਉੱਠ ਚੁੱਕਿਆ ਹੈ ਮੇਰਾ ਖਿਆਲ ਹੈ ਲੋਕ ਆਮ ਆਦਮੀ ਪਾਰਟੀ ਤੋਂ ਫਰਜ਼ੀ ਇਸ ਲਈ ਵੀ ਅਟਰੈਕਟ ਹੁੰਦੇ ਨੇ ਕਿ ਉਹ ਜਿਹੜਾ ਕਰਪਸ਼ਨ ਹਟਾਓ ਦਾ ਨਾ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਿਰਫ ਕਹਿਣ ਨਾਲ ਕਰਪਸ਼ਨ ਨਹੀਂ ਹਟ ਜਾਣੀ ਉਹਦਾ ਕੋਈ ਨੁਸਖਾ ਕੋਈ ਰੈਸਪੀ ਕੋਈ ਤਰੀਕਾ
ਤਰੀਕਾ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਇਹਨਾਂ ਨੇ ਹਟਾਉਣੀ ਆ ਨਾਲੇ ਉਹਨੂੰ ਕਿ ਕਰਪਸ਼ਨ ਤੇ ਇੱਕ ਹਿੱਸਾ ਆ ਸਾਰੇ ਹਾਂਜੀ ਉਹ ਇੱਕ ਸਿੰਪਟਮ ਹੈ ਸਿੰਪਟਮ ਹੈ ਕੋਈ ਨਾ ਪ੍ਰੋਬਲਮ ਦਾ ਬਹੁਤ ਵੱਡਾ ਇੱਕ ਸਰਮਾਇਦਾਰ ਸਿਸਟਮ ਸੈਮੀ ਫਿਊਡਲ ਸਿਸਟਮ ਪੰਜਾਬ ਦੇ ਵਿੱਚ ਵੀ ਹਜੇ ਤੱਕ ਜਿਹੜਾ ਪੂਰੀ ਤਰ੍ਹਾਂ ਟੋਟਲ ਕੈਪੀਟਲਿਸਟ ਵੀ ਨਹੀਂ ਹੈ ਸੋ ਇੱਕ ਬਹੁਤ ਉਹਦੇ ਵਿੱਚ ਲੰਬੀ ਦੂਰ ਦੀ ਸਮਝ ਚਾਹੀਦੀ ਹੈ ਪਾਵਰਫੁਲ ਸਮਝ ਚਾਹੀਦੀ ਹੈ ਇਹਨਾਂ ਗੱਲਾਂ ਨੂੰ ਖਤਮ ਕਰਨ ਵਾਸਤੇ ਗੱਲ ਨਾ ਕਰਕੇ ਸਿਧਾਂਤਾਂ ਦੀ ਗੱਲ ਨਾ ਕਰਕੇ ਸਾਰੇ ਵਲੰਟੀਅਰ ਮੁੱਦੇ ਸਿਧਾਂਤ ਭੁੱਲ ਕੇ ਜਿਨ੍ਹਾਂ ਰਾਹੀਂ ਨਵਾਂ ਪੰਜਾਬ ਬਣਨਾ ਸੀ ਸਾਡੇ ਸੁਪਨੇ ਦਾ ਪੰਜਾਬ ਬਣਨਾ ਸੀਗਾ ਉਸ ਨੂੰ ਭੁੱਲ ਕੇ ਮਹਿਜ ਸਰਕਾਰ ਬਣਾਉਣਾ ਜਾਂ ਸੀਟਾਂ ਹਾਸਲ ਕਰਨੀਆਂ ਸੀਟਾਂ ਜਿੱਤਣੀਆਂ ਸਰਕਾਰ ਬਣਾਉਣੀ ਅਤੇ ਉੱਥੋਂ ਤੱਕ ਆਪਣੇ ਨੂੰ ਮਹਦੂਦ ਕਰ ਰਹੇ ਸੀਮਿਤ ਕਰ ਰਹੇ ਹੈਗੇ ਆ ਅਤੇ ਇਸ ਤੋਂ ਇਲਾਵਾ ਜਿੰਨੇ ਪੰਜਾਬ ਦੇ ਭਖਵੇਂ ਮੁੱਦੇ ਹੈਗੇ ਆ ਉਹਨਾਂ ਬਾਰੇ ਵੀ ਜੋ ਜਿਉਂ ਲੋਕਾਂ ਨੂੰ ਆਸ ਹੈਗੀ ਹੈ ਕਿ ਵੀ ਪੰਜਾਬ ਨੂੰ ਟਿਕਟਾਂ ਬਾਰੇ ਤੁਸੀਂ ਕਹਿ ਰਹੇ ਹੋ ਟਿਕਟਾਂ ਬਾਰੇ ਕੀ ਇਸ਼ਾਰਾ ਕਰ ਰਹੇ ਹੋ ਟਿਕਟਾਂ ਬਾਰੇ ਹੈ ਕਿ ਇਹਨਾਂ ਨੇ ਹਰ ਸੀਟ 'ਤੇ ਨਾ ਟਿਕਟਾਂ ਦੇ ਚਾਰ ਚਾਰ ਪੰਜ ਪੰਜ ਚਾਹਵਾਨ ਪੈਦਾ ਕਰ ਲਏ ਹੈਗੇ ਆ ਆਪਣੇ ਤਰੀਕੇ ਨਾਲ ਜਿਹੜਾ ਕਿ ਗਲਤ ਤਰੀਕਾ ਹੈਗਾ ਮਤਲਬ ਉਹਦੇ 'ਚ ਕੀ ਹੈ ਕਿ ਵਲੰਟੀਅਰ ਚੁਣਦੇ ਆਪਣੇ ਵਿੱਚੋਂ ਜਾਂ ਵਲੰਟੀਅਰ ਰਾਹੀਂ ਚੋਣ ਹੁੰਦੀ ਤਾਂ ਉਹ ਡੈਮੋਕਰੈਟਿਕ ਢੰਗ ਜਮਹੂਰੀ ਢੰਗ ਹੋਣਾ ਸੀਗਾ ਹੁਣ ਇਹਨਾਂ ਨੇ ਜੋ ਤਰੀਕਾ ਅਪਣਾਇਆ ਹੈਗਾ ਹਾਈ ਕਮਾਂਡ ਕਲਚਰ ਵਾਲਾ ਕਿ ਵੀ ਵਲੰਟੀਅਰ ਦੀ ਪੁੱਛ ਪ੍ਰਤੀਤ ਕੋਈ ਨਹੀਂ ਹੈਗੀ ਹੈ ਉਹ ਕਿਹਨੂੰ ਚਾਹੁੰਦੇ ਨੇ ਉਹਨਾਂ ਦੇ ਵਸ 'ਚ ਨਹੀਂ ਹੈਗਾ ਹੈ ਉੱਪਰੋਂ ਜਿਹੜੇ ਕੈਂਡੀਡੇਟ ਹੈਗੇ ਹੈ ਉਹ ਮਤਲਬ ਜਿਹੜੀ 16 ਮੈਂਬਰੀ ਕਮੇਟੀ ਬਣਾਈ ਹੈ ਜੇ 14 ਮੈਂਬਰ ਖੁਦ ਚੋਣ ਲੈਣ ਵਾਲੇ ਹੈਗੇ ਜਿਹੜੇ ਜਿਸ 14 ਮੈਂਬਰ ਖੁਦ ਚੋਣ ਲੈਣ ਵਾਲੇ ਉਹ ਆਪਣੇ ਹਲਕੇ 'ਚ ਦੂਜੇ ਨਾਂ ਕਿਵੇਂ ਰਿਕਮੈਂਡ ਕਰਦੇ ਨੇ ਜਿਹੜੇ ਚਾਹੇ ਉਹਨੂੰ ਕਿੰਨਾ ਵੀ ਵੱਧ ਸਿਆਣਾ ਅਤੇ ਲਾਇਕ ਕਿਉਂ ਨਾ ਹੋਵੇ ਸੋ ਅਜਿਹਾ ਜਿਹੜਾ ਜਿਹੜਾ ਮਤਲਬ ਕਸ਼ਟਪੂਰਨ ਜਾਂ ਅਜਿਹਾ ਇੱਕ ਗੈਰ ਇਨਸਾਫ਼ੀ ਵਾਲਾ ਗੈਰ ਜਮਹੂਰੀ ਜਿਹੜਾ ਪ੍ਰਕਿਰਿਆ ਹੈਗੀ ਹੈ ਉਸ 'ਤੇ ਜਿਹੜੀ ਉਹਦੇ ਜਿਹੜੇ ਨਤੀਜੇ ਹੈਗੇ ਆ ਉਹ ਸਭ ਦੇ ਸਾਹਮਣੇ ਆਉਣੇ ਆ ਇੱਕ ਹਰ ਹਲਕੇ ਤੁਸੀਂ ਹੁਣ ਕੀ ਕਰਨ ਜਾ ਰਹੇ ਹੋ ਜਿਹੜਾ ਮੇਰਾ ਦੇਖੋ ਮੈਂ ਤਾਂ ਆਈ ਐਮ ਵੇਟਿੰਗ ਇਨ ਦਾ ਵਿੰਗਸ ਜੇ ਮੈਨੂੰ ਲੱਗਿਆ ਕੱਲ੍ਹ ਨੂੰ ਕਿ ਆਮ ਆਦਮੀ ਪਾਰਟੀ ਇੰਨੀ ਪਥ ਭ੍ਰਸ਼ਟ ਹੋ ਗਈ ਹੈ ਇੰਨੇ ਅਸੂਲਾਂ ਨੂੰ ਤਲਾਂਜਲੀ ਦੇ ਕੇ ਸਿਰਫ ਉਸ ਦੂਜੀ ਪਾਰਟੀ ਦੀ ਤਰ੍ਹਾਂ ਇੱਕ ਹੋਰ ਪਾਰਟੀ ਨਵੀਂ ਬਣ ਗਈ ਹੈਗੀ ਹੈ ਜਾਂ ਤੇਜ਼ੀਆਂ ਜਿਸ ਤਰ੍ਹਾਂ ਜਿੱਧਰੋਂ ਤੁਰੀ ਹੋਈ ਹੈਗੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਨਾ ਕਰਕੇ ਸਿਧਾਂਤਾਂ ਦੀ ਗੱਲ ਨਾ ਕਰਕੇ ਬਿਲਕੁਲ ਅਕਾਲੀ ਕਾਂਗਰਸ ਪਾਰਟੀਆਂ ਵਾਂਗੂ ਸਿਰਫ ਸੱਤਾ ਦੇ ਉੱਤੇ ਆਪਣਾ ਸਾਰਾ ਧਿਆਨ ਕੇਂਦਰਿਤ ਕਰ ਰਹੀ ਹੈ ਔਰ ਜਿੱਦਾਂ ਦੀ ਇਹਨਾਂ ਨੇ ਹਲਕਾ ਦੌੜ ਪੈਦਾ ਕਰ ਦਿੱਤੀ ਹੈਗੀ ਹੈ ਮੈਂ ਇਹਦੇ 'ਚ ਕੈਂਡੀਡੇਟ ਬਣਨ ਵਾਸਤੇ ਔਰ ਜਿਹਨਾਂ ਵਿੱਚੋਂ ਮੇਰਾ ਖਿਆਲ ਹੈ ਕਿ ਜਦੋਂ ਚਾਰ ਚਾਰ ਪੰਜ ਪੰਜ ਕੈਂਡੀਡੇਟ ਹੋਣਗੇ ਤਾਂ ਉੱਥੇ ਕਿਹਨੂੰ ਟਿਕਟ ਮਿਲਣੀ ਹੈ ਪੈਮਾਨਾ ਇਮਾਨਦਾਰੀ ਨਹੀਂ ਹੋਊਗਾ ਪੈਮਾਨਾ ਸਿਆਣਪ ਨਹੀਂ ਹੋਊਗੀ ਪੈਮਾਨਾ ਉਹਦਾ ਸ਼ਰਾਫਤ ਨਹੀਂ ਹੋਊਗੀ ਪੈਮਾਨਾ ਹੋਊਗਾ ਕਿਹੜੇ ਬੰਦੇ ਕੋਲ ਵੱਧ ਪੈਸਾ ਹੈਗਾ ਕਿਹੜਾ ਬੰਦਾ ਵੱਧ ਅਸਰ ਸੁੱਖ ਵਾਲਾ ਹੈਗਾ ਕਿਹੜੇ ਬੰਦੇ ਕੋਲ ਵੱਧ ਮਤਲਬ ਉਹਦੇ ਕੋਲ ਪਾਵਰ ਹੈਗੀ ਹੈ ਮੈਨ ਪਾਵਰ ਹੈਗੀ ਹੈ ਜਿਹੜੀ ਕਿ ਵੋਟਾਂ ਨੂੰ ਸਿਰਫ ਉਸੇ ਤਰ੍ਹਾਂ ਨਾਲ ਇਕੱਠੀਆਂ ਕਰੂਗੀ ਉਸ ਤਰ੍ਹਾਂ ਨਾਲ ਚੋਣਾਂ 'ਚ ਕੁੱਦੂਗੀ ਜਿਸ ਤਰ੍ਹਾਂ ਬਾਕੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਕੁੱਦੇ ਆ ਰਹੀਆਂ ਨੇ ਤੁਸੀਂ ਕੀ ਇਹ ਜਿਹੜਾ ਪ੍ਰੋਗਰਾਮ ਫਿਰ ਦੇਣ ਜਾ ਰਹੇ ਹੋ ਆਪਣੇ ਵਰਕਰਾਂ ਨੂੰ ਨਵੀਂ ਪਾਰਟੀ ਬਣਾਉਣ ਜਾ ਰਹੇ ਹੋ ਮੈਂ ਤੁਹਾਨੂੰ ਕਿਹਾ ਵੇਟਿੰਗ ਇਨ ਦਾ ਵਿੰਗਸ ਜੇ ਮੈਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਸਾਰਾ ਖੇਡ ਖਰਾਬ ਕਰ ਰਹੀ ਹੈਗੀ ਹੈ ਆਮ ਆਦਮੀ ਪਾਰਟੀ ਅਕਾਲੀਆਂ ਕਾਂਗਰਸ ਦੇ ਮੁੜ ਕੇ ਵਾਪਸ ਆਉਣ ਦਾ ਰਾਹ ਪੱਧਰਾ ਕਰ ਰਹੀ ਹੈ ਜਿਸ ਬਾਰੇ ਤੇਜ਼ੀ ਨਾਲ ਵੱਧ ਰਹੀ ਹੈ ਤੇਜ਼ੀ ਨਾਲ ਵੱਧ ਰਹੀ ਹੈ ਬਿਲਕੁਲ ਕਾਂਗਰਸੀਕਰਨ ਜਾਂ ਅਕਾਲੀਕਰਨ ਪਾਰਟੀ ਦਾ ਹੋ ਰਿਹਾ ਹੈਗਾ ਅਕਾਲੀਆਂ ਜੋ ਕਾਂਗਰਸ ਤੋਂ ਤਰ੍ਹਾਂ ਬੰਦੇ ਜਿਨ੍ਹਾਂ ਦੇ ਵਿਵਾਦਿਤ ਕਿਰਦਾਰ ਨੇ ਸਮਾਜਿਕ ਕਿਰਦਾਰ ਵਿਵਾਦਿਤ ਹੈਗੇ ਆ ਸਿਆਸੀ ਕਿਰਦਾਰ ਵਿਵਾਦਿਤ ਹੈਗੇ ਆ ਉਹਨਾਂ ਦੇ ਬਹੁਤ ਸਾਰੀਆਂ ਤੋਹਮਤਾਂ ਨੇ ਉਹਨਾਂ ਦੇ ਬਹੁਤ ਸਾਰੇ ਘਪਲਿਆਂ ਦੇ ਇਲਜ਼ਾਮ ਨੇ ਜੇ ਉਹ ਉਸ ਤਰ੍ਹਾਂ ਦੇ ਬੰਦਿਆਂ ਨੂੰ ਟਿਕਟਾਂ ਮਿਲਦੀਆਂ ਨੇ ਉਸ ਤਰ੍ਹਾਂ ਬੰਦੇ ਵੱਡੀ ਗਿਣਤੀ ਸ਼ਾਮਲ ਜਿਵੇਂ ਕੀਤੇ ਨੇ ਔਰ ਟਿਕਟਾਂ ਹਾਸਲ ਕਰਨ 'ਚ ਲੱਗਦਾ ਉਹਨੂੰ ਕਾਮਯਾਬ ਹੋ ਰਹੇ ਨੇ ਔਰ ਉਹਨਾਂ ਦੀ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਔਰ ਜਿਸ ਤਰ੍ਹਾਂ ਉਹਨੇ ਆਪਣਾ ਆਧਾਰ ਬਣਾਉਣਾ ਸ਼ੁਰੂ ਕੀਤਾ ਹੋਇਆ ਹੈਗਾ ਔਰ ਜਿੰਨੀ ਨਾਰਾਜ਼ਗੀ ਜਿੰਨੀ ਉਦਾਸੀਨਤਾ ਜਿੰਨੀ ਗੁੱਸਾ ਥੱਲੇ ਵਲੰਟੀਅਰ ਵਿੱਚ ਹੈਗਾ ਹੈ ਜੇਕਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਤਾਂ ਸਾਰੀ ਖੇਡ ਵਿਗਾੜਨ ਵਾਲੇ ਨੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਆਪਣੇ ਵਲੰਟੀਅਰਾਂ ਨੂੰ ਆਪਣੇ ਪੰਜਾਬ ਨੂੰ ਅਸੀਂ ਧੋਖਾ ਨਹੀਂ ਦੇਵਾਂਗੇ ਅਸੀਂ ਹੱਕ 'ਚ ਅਸੀਂ ਡਟ ਕੇ ਖੜ੍ਹ ਜਾਵਾਂਗੇ ਇਹਨਾਂ ਅਕਾਲੀਆਂ ਦਾ ਇਹਨਾਂ ਕਾਂਗਰਸ ਦਾ ਔਰ ਨਿਗਰ ਚੁੱਕੀ ਆਪ ਦਾ ਮੁਕਾਬਲਾ ਕਰਨ ਲਈ ਹੁਣ ਕੀ ਦੇਖ ਰਹੇ ਹੋ ਅੱਜ ਕੱਲ੍ਹ ਤੁਹਾਨੂੰ ਕੀ ਲੱਗ ਰਿਹਾ ਅੱਜ ਕੱਲ੍ਹ ਲੱਗ ਰਿਹਾ ਕਿ ਇਹਨਾਂ ਦੀ ਕਾਫ਼ੀ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਉੱਪਰ ਲੈਵਲ ਦੇ ਕੱਲ੍ਹ ਹੀ ਚੰਡੀਗੜ੍ਹ 'ਚ ਹੋਇਆ ਕਿ ਇੱਕ ਬੜੇ ਲੀਡਰ ਨੇ ਕਿਹਾ ਕਿ ਫਲਾਣੇ ਵੱਡੇ ਲੀਡਰ ਨਹੀਂ ਲੈ ਕੇ ਜਾਣਾ ਕਿਉਂਕਿ ਜੋ ਮਿਲਣ ਜਾਣਾ ਸੀ ਬਾਦਲ ਸਾਹਿਬ ਨੂੰ ਅਤੇ ਕੱਲ੍ਹ ਵੀ ਕਿਹੜੇ ਲੀਡਰ ਨੂੰ ਕਿਹਾ ਕਿਹੜਾ ਲੀਡਰ ਸੀਗਾ ਦੇਖੋ ਮੇਰੇ ਖਿਆਲ ਪੰਜਾਬ ਦੇ ਕਨਵੀਨਰ ਸਾਹਿਬ ਨੇ ਉਹਨਾਂ ਨੇ ਇੱਕ ਜਿਹੜੀ ਦੂਜੀ ਪਾਰਟੀ 'ਚ ਆਇਆ ਇੱਕ ਵੱਡੇ ਲੀਡਰ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਨਹੀਂ ਜਾਣਗੇ ਔਰ ਗਏ ਵੀ ਨਹੀਂ ਉਹ ਗਏ ਵੀ ਤੁਹਾਨੂੰ ਤੁਸੀਂ ਆਪ ਖੁਦ ਅੰਦਾਜ਼ਾ ਲਾ ਲਓ ਕਿਹੜੇ ਲੀਡਰ ਨਹੀਂ ਗਏ ਵੱਡੇ ਲੀਡਰ ਕਿਹ ਨਹੀਂ ਗਏ ਬਹੁਤ ਬੜੀ ਸ਼ਾਨ ਸ਼ੌਕਤ ਨਾਲ ਸ਼ਾਮਿਲ ਹੋਏ ਸੀਗੇ ਸੋ ਤੁਹਾਨੂੰ ਨਾ ਲੈਣ ਤੋਂ ਡਰ ਲੱਗਦਾ ਤੁਸੀਂ ਨਾ ਮੈਂ ਨਾਵਾਂ ਦੀ ਸਿਆਸਤ ਮੈਂ ਪੈਣਾ ਨਹੀਂ ਚਾਹੁੰਦਾ ਸਰ ਨਾਵਾਂ ਦੀ ਸਿਆਸਤ ਮੈਂ ਪੈਣਾ ਨਹੀਂ ਚਾਹੁੰਦਾ ਹੈਗਾ ਇੰਨਾ ਜ਼ਰੂਰ ਆ ਕਿ ਮੇਰੇ ਕੁਛ ਬੰਦੇ ਦੋਸਤ ਸੀਗੇ ਉੱਥੇ ਦੱਸਿਆ ਕਿ ਫਲਾਂ ਲੀਡਰ ਨੇ ਫਲਾਂ ਲੀਡਰ ਨੂੰ ਕਿਹਾ ਕਿ ਇਹਨੂੰ ਲੈ ਕੇ ਨਹੀਂ ਜਾਣਾ ਉੱਥੇ ਡੈਪੂਟੇਸ਼ਨ 'ਚ ਸੋ ਐਨੀ ਵੇ ਸੋ ਜਿਸ ਤਰ੍ਹਾਂ ਦੀ ਹਾਲਤ ਪੈਦਾ ਕਰ ਰਹੇ ਨੇ ਔਰ ਕੱਲ੍ਹ ਜੋ ਮੂਡ ਸੀ ਵਲੰਟੀਅਰ ਜਿਸ ਮੂਡ ਨਾਲ ਗਏ ਸੀਗੇ ਜਿਸ ਜੋਸ਼ ਨਾਲ ਗਏ ਸੀਗੇ
ਜਿਸ ਜਜ਼ਬੇ ਨਾਲ ਗਏ ਸੀਗੇ ਉਹ ਜਜ਼ਬਾ ਜਿਵੇਂ ਵਲੰਟੀਅਰਾਂ ਦਾ ਉਹਨੂੰ ਧੋਖਾ ਦੇ ਕੇ ਜੇ ਜਿਸ ਤਰ੍ਹਾਂ ਇੱਕ ਡੈਪੂਟੇਸ਼ਨ ਨੂੰ ਕਨਵਰਟ ਕਰ ਦਿੱਤਾ ਗਿਆ ਉਸ ਜਜ਼ਬੇ ਨੂੰ ਚਾਹੇ ਲੋਕ ਡਾਂਗਾ ਖਾਣ ਨੂੰ ਤਿਆਰ ਸੀਗੇ ਪਾਣੀ ਦੇ ਪਛਾੜਾਂ ਝੱਲਣ ਨੂੰ ਤਿਆਰ ਸੀਗੇ ਇੱਕ ਜਜ਼ਬਾ ਸੀਗੇ ਪੰਜਾਬ ਦੇ ਜੋ ਮੁੱਦੇ ਨੇ ਜਾਂ ਪੰਜਾਬ ਦੀ ਜੋ ਇੱਕ ਨਵੀਂ ਉੱਭਰਦੀ ਸਿਆਸੀ ਤਾਕਤ ਹੈਗੀ ਉਹਦਾ ਦਬਦਬਾ ਕਾਇਮ ਕਰਨਾ ਹੈਗਾ ਉਸ ਜਜ਼ਬੇ ਨੂੰ ਕਤਲ ਕਰਕੇ ਅੱਜ ਪੰਜਾਬ ਦੀ ਲੀਡਰਸ਼ਿਪ ਨੇ ਕੱਲ੍ਹ ਜੋ ਬਾਦਲ ਸਾਹਮਣੇ ਉੱਥੇ ਘੁਟਨੇ ਟੇਕੇ ਹੈਗੇ ਆ ਜਾਂ ਉੱਥੇ ਮੌਜੂ ਬਣ ਕੇ ਆਇਆ ਬਾਦਲ ਸਾਹਿਬ ਦੀ ਜਿਹੜੀ ਉਹਨਾਂ ਨੇ ਪੂਰੀ ਆਪਣੇ 90 ਸਾਲ ਦਾ ਤਜਰਬਾ ਹੈਗਾ ਉਹ ਆਮ ਆਦਮੀ ਪਾਰਟੀ ਉੱਤੇ ਅਜਿਹਾ ਹੱਥ ਮਾਂਝ ਕੇ ਭੇਜਿਆ ਹੈਗਾ ਜਿਹੜਾ ਮੈਨੂੰ ਲੱਗਦਾ ਪਾਰਟੀ ਦੇ ਵਿਕਾਰ ਨੂੰ ਬਹੁਤ ਵੱਡੀ ਢਾਲ ਲਾ ਚੁੱਕਿਆ ਹੈਗਾ ਔਰ ਆਉਣ ਵਾਲੇ ਦਿਨਾਂ ਹੋਰ ਢਾਲ ਪਰ ਉਹ ਤਾਂ ਕਹਿੰਦੇ ਨੇ ਉਹ ਤੁਹਾਡੇ ਤੇ ਐਲੀਗੇਸ਼ਨ ਲਾਉਂਦੇ ਨੇ ਕਿ ਬਾਦਲ ਨਾਲ ਤੁਸੀਂ ਮਿਲੇ ਹੋਏ ਹੋ ਕਿਉਂਕਿ ਤੁਸੀਂ ਪਾਰਟੀ ਖਿਲਾਫ਼ ਬੋਲਦੇ ਹੋ ਨਹੀਂ ਮੈਂ ਜਿਹੜਾ ਬੰਦਾ ਆਪਣੀ ਪਾਰਟੀ ਨੂੰ ਦਰੁਸਤ ਕਰਨ ਵਾਸਤੇ ਬੋਲਦਾ ਪਾਰਟੀ ਖਿਲਾਫ਼ ਨਹੀਂ ਬੋਲਦਾ ਪਾਰਟੀ ਦੇ ਫਾਇਦੇ 'ਚ ਬੋਲਦਾ ਜਿਹੜੇ ਗਲਤ ਗੱਲ ਦੇ ਖਿਲਾਫ਼ ਬਾਜ ਨਹੀਂ ਬਣਾ ਪਾਰਟੀ ਨੂੰ ਹੋਰ ਅੱਗੇ ਜਾਂ ਨਿਗਰਨ ਵਾਸਤੇ ਨਿਗਰਨ ਵਾਸਤੇ ਹੱਲਾਸ਼ੇਰੀ ਦਿੰਦੇ ਆ ਉਹ ਪਾਰਟੀ ਦੇ ਦੁਸ਼ਮਣ ਹੈਗੇ ਆ ਜਿਹੜਾ ਪਾਰਟੀ ਨੂੰ ਸਹੀ ਪਾਸੇ ਚੱਲਣ ਦੀ ਪ੍ਰੇਰਨਾ ਮੈਂ ਹੁਣ ਵੀ ਕਹਿੰਦਾ ਕਿ ਪਾਰਟੀ ਜੇ ਸਹੀ ਬੰਦਿਆਂ ਨੂੰ ਟਿਕਟ ਦਊਗੀ ਜੇ ਸਹੀ ਬੰਦਿਆਂ ਨੂੰ ਲੈ ਕੇ ਆਊਗੀ ਤਾਂ ਹੀ ਪਾਰਟੀ ਅਕਾਲੀਆਂ ਜਿਤਾਊਗੀ ਜੇ ਅਕਾਲੀ ਦੇ ਪਿੜ 'ਚ ਜਾ ਵੜੇ ਅਕਾਲੀਆਂ ਦੇ ਉਹਨਾਂ ਅਕਾਲੀ ਦਲ ਦੀ ਕੋਸ਼ਿਸ਼ ਹੈ ਕਾਂਗਰਸ ਦੀ ਕੋਸ਼ਿਸ਼ ਹੈ ਕਿ ਸਾਡੇ ਪਾਲੇ 'ਚ ਆ ਜਾਣੇ ਸਾਡੇ ਪਾਲੇ ਜਾਣ ਦਾ ਮਤਲਬ ਕੀ ਹੈ ਕਿ ਸਾਡੇ ਵਰਗੇ ਲੱਗਣ ਲੱਗ ਪੈਣ ਬਸ ਜਿੱਦਾਂ ਉਹਨਾਂ ਵਰਗੇ ਲੱਗਣ ਲੱਗ ਪਏ ਉਦੋਂ ਲੋਕਾਂ 'ਚ ਦੇਖਿਓ ਫਿਰ ਲੋਕਾਂ ਨੇ ਕਹਿੰਦਾ ਫਰਕ ਕੀ ਹੈ ਏ ਪਾਰਟੀ 'ਚ 44 ਚੋਰ ਹੈ ਬੀ ਪਾਰਟੀ 40 ਚੋਰ ਹੈ ਸੀ ਪਾਰਟੀ 'ਚ 35 ਚੋਰ ਹੈ ਫਿਰ ਦੇਖਿਓ ਜਿਹੜਾ ਅੱਜ ਮਾਣ ਤਾਨ ਜੋ ਜਿੰਨਾ ਕੁ ਵੀ ਬਚਿਆ ਹੋਇਆ ਹੈਗਾ ਜਿੰਨਾ ਕੁ ਮਾਣ ਤਾਨ ਜਾਂ ਜਿੰਨੀ ਆਸਾਂ ਨੇ ਉਹ ਅੱਜ ਆਮ ਆਦਮੀ ਪਾਰਟੀ 'ਚ ਹੈਗੀਆਂ ਉਹ ਪੱਕੀਆਂ ਨਹੀਂ ਹੈਗੀਆਂ ਉਹ ਵਿਸ਼ਵਾਸ ਹੌਲੀ ਹੌਲੀ ਤਿੜਕ ਰਿਹਾ ਹੈਗਾ ਔਰ ਉਸ ਵਿਵਾਹ ਨੂੰ ਮੁਕੰਮਲ ਰੂਪ 'ਚ ਤਿੜਕਣ 'ਚ ਬਹੁਤੀ ਦੇਰ ਨਹੀਂ ਲੱਗੀ ਆਮ ਆਦਮੀ ਪਾਰਟੀ 'ਚ ਵੀ ਚੋਰ ਨੇ ਸ਼ਾਮਲ ਹੋ ਚੁੱਕੇ ਨੇ ਸ਼ਾਮਲ ਚੋਰ ਕੀ ਮੈਂ ਕਹਿੰਦਾ ਮਾਫੀਆ ਸ਼ਾਮਲ ਹੋ ਚੁੱਕਿਆ ਆਮ ਆਦਮੀ ਪਾਰਟੀ 'ਚ ਪੂਰਾ ਸੂਰਾ ਮਾਫੀਆ ਜਿਹੜੇ ਕੱਲ੍ਹ ਉੱਥੇ ਗਏ ਸੀਗੇ 12,400 ਕਰੋੜ ਦੇ ਘਪਲੇ ਬਾਰੇ ਉਹਦੇ 'ਚ ਆਮ ਆਦਮੀ ਪਾਰਟੀ ਅਜਿਹੇ ਬੰਦੇ ਸ਼ਾਮਲ ਨੇ ਉਹ 14 ਬੈਠੇ ਨੇ ਔਰ ਟਿਕਟਾਂ ਦੇ ਦਾਅਵੇਦਾਰ ਨੇ ਜਿਹੜੇ ਖੁਦ ਅਜਿਹੇ ਸਕੈਂਡਲਾਂ ਸ਼ਾਮਲ ਨੇ ਉਹਨਾਂ ਦੇ ਇਲਜ਼ਾਮ ਲੱਗੇ ਨੇ ਕਿ ਇੰਨੇ ਕਰੋੜ ਦਾ ਉਹਨਾਂ ਨੇ ਘਪਲਾ ਕੀਤਾ ਹੈਗਾ ਜਿਹੜਾ ਤੁਸੀਂ ਨਵਾਂ ਫਰੰਟ ਜੇ ਬਣਾਓਗੇ ਤਾਂ ਹੋ ਸਕਦਾ ਹੈਗਾ ਕਿ ਤੁਸੀਂ ਐਮ ਪੀ ਤੋਂ ਰਿਜ਼ਾਈਨ ਕਰ ਦੋ ਆਪਣੇ ਅਹੁਦੇ ਤੋਂ ਰਿਜ਼ਾਈਨ ਕਰ ਦੋ ਨਹੀਂ ਉਹ ਸਮੇਂ ਦੇ ਮੁਤਾਬਕ ਹੋਊਗਾ ਪਹਿਲੀ ਗੱਲ ਤਾਂ ਕਿ ਮੈਂ ਕੋਈ ਸੀ ਐਮ ਕੈਂਡੀਡੇਟ ਦਾ ਮੈਂ ਸੀ ਐਮ ਬਣਨ ਦਾ ਮੈਂ ਚਾਹਵਾਨ ਨਹੀਂ ਹੈਗਾ ਬਿਲਕੁਲ ਨਹੀਂ ਚਾਹਵਾਨ ਮੈਂ ਆਪਣੇ ਐਮ ਪੀ ਦੇ ਕੰਮ ਤੋਂ ਸੈਟਿਸਫਾਈਡ ਹੈਗਾ ਮੈਂ ਜਿੰਨੇ ਕੰਮ ਕੀਤੇ ਨੇ ਮੇਰੇ ਇਲਾਕਾ ਖੁਸ਼ ਹੈ ਮੇਰੇ ਲੋਕ ਖੁਸ਼ ਨੇ ਅਤੇ ਮੈਨੂੰ ਸੀ ਐਮ ਬਣਨ ਦੀ ਕੋਈ ਲਾਲਸਾ ਨਹੀਂ ਨਾ ਮੈਂ ਇਸਦਾ ਕਦੇ ਹੀ ਬਿਲਕੁਲ ਮੁਕੰਮਲ ਵੀ ਰੱਦ ਕਰਦਾ ਕਿ ਮੈਂ ਸੀ ਐਮ ਦਾ ਮੈਂ ਕੋਈ ਦੌੜ ਸ਼ਾਮਲ ਹੈਗਾ ਜੇ ਮੈਂ ਸੀ ਐਮ ਦੌੜ ਦੀ ਸ਼ਾਮਲ ਨਹੀਂ ਹੈਗਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਸਿਆਸਤ ਸ਼ਾਮਲ ਨਹੀਂ ਹੈਗਾ ਮੈਂ ਪੰਜਾਬ ਦੀ ਸਰਗਰਮ ਸਿਆਸਤ ਸ਼ਾਮਲ ਹੈਗਾ ਹੈ ਔਰ ਮੈਂ ਬਤੌਰ ਐਮ ਪੀ ਵੀ ਅਤੇ ਬਤੌਰ ਇੱਕ ਪੰਜਾਬ ਦਾ ਵੈਲ ਵਿਸ਼ਰ ਹੋਣ ਦੇ ਨਾਤੇ ਪੰਜਾਬ ਨੂੰ ਮੈਂ ਗਰਕ ਹੁੰਦਾ ਨਹੀਂ ਦੇਖ ਸਕਦਾ ਪੰਜਾਬ ਨੂੰ ਮੁੜ ਕੇ ਇੱਕ ਵਾਰ ਫਿਰ ਅਕਾਲੀਆਂ ਅਤੇ ਕਾਂਗਰਸ ਦੇ ਹੱਥੇ ਚੜ੍ਹਦਾ ਨਹੀਂ ਦੇਖ ਸਕਦਾ ਅਤੇ ਜੇ ਹੀ ਇੱਦਾਂ ਦੀ ਹਾਲਤ ਹੁੰਦੀ ਹੈ ਮੈਂ ਤੁਹਾਨੂੰ ਕਿਹਾ ਆਈ ਵੇਟਿੰਗ ਇਨ ਦਾ ਵਿੰਗਸ ਮੈਂ ਖੰਭ ਆਪਣਾ ਸਾਂਭੀ ਬੈਠਾ ਹੈਗਾ ਮੈਂ ਕਦੇ ਵੀ ਉਡਾਰੀ ਮਾਰ ਸਕਦਾ ਹੈਗਾ ਜੇ ਮੈਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਪਾਰਟੀ ਨੂੰ ਉਸ ਨਿਵਾਣ 'ਤੇ ਲਿਆ ਤਾ ਜਿੱਥੇ ਲੋਕਾਂ ਨੂੰ ਸਾਹਸ ਹੋਣ ਲੱਗ ਪਿਆ ਕਿ ਪਾਰਟੀ ਕੋਲੋਂ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਤੜਕਣ ਲੱਗਿਆ ਤੁਹਾਨੂੰ ਲੱਗਦਾ ਨਹੀਂ ਉਡਾਰੀ ਮਾਰਨ ਦਾ ਸਮਾਂ ਆ ਗਿਆ ਮੇਰਾ ਖਿਆਲ ਹੈ ਜੀ ਮੈਂ ਆਈ ਐਮ ਵੇਟਿੰਗ ਨਹੀਂ ਜੇ ਤੁਸੀਂ ਇਹ ਸਾਰੀਆਂ ਹਾਲਤਾਂ 'ਚ ਜੱਜ ਕਰ ਰਹੇ ਹੋ ਕਿ ਮਾਫੀਆ ਵੀ ਆ ਚੁੱਕਿਆ ਚੋਰ ਤੁਹਾਡੇ ਐਲੀਗੇਸ਼ਨ ਨੇ ਤਾਂ ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਹੁਣ ਉਡਾਰੀ ਮਾਰ ਦਿੱਤੀ ਜਾਵੇ ਕਿਉਂਕਿ ਅਜੇ ਪੰਜਾਬ ਦੇ ਬਹੁਤ ਸਾਰੇ ਕਾਡਰ ਨੂੰ ਅਜੇ ਵੀ ਬਹੁਤ ਸਾਰਾ ਉਹਦਾ ਵਿਸ਼ਵਾਸ ਹੈ ਆਮ ਆਦਮੀ ਪਾਰਟੀ 'ਚ ਕਾਇਮ ਹੈ ਕਿ ਇਹ ਆਮ ਆਦਮੀ ਪਾਰਟੀ ਜਦੋਂ ਸੀਟਾਂ ਵੰਡੂਗੀ ਅਤੇ ਜਦੋਂ ਸਹੀ ਬੰਦਿਆਂ ਨੂੰ ਟਿਕਟਾਂ ਦੇਣ ਬੰਦਿਆਂ ਨੂੰ ਜੋ ਟਿਕਟਾਂ ਦਊਗੀ ਤਾਂ ਉਹ ਸਹੀ ਬੰਦਿਆਂ ਨੂੰ ਟਿਕਟਾਂ ਦਊਗੀ ਹਾਲਾਂਕਿ ਖੁਦ ਮੈਨੂੰ ਇਸ ਗੱਲ 'ਤੇ ਭੋਰਾ ਬਹੁਤਾ ਯਕੀਨ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਉਹਨਾਂ ਮਾਪਦੰਡਾਂ 'ਤੇ ਖਰਾ ਉਤਰੂਗੀ ਜੋ ਮਾਪਦੰਡ ਜਿਹੜੇ ਵਲੰਟੀਅਰ ਨੇ ਜਾਂ ਪੰਜਾਬ ਦੇ ਲੋਕ ਹੈ ਇਸ ਆਮ ਆਦਮੀ ਪਾਰਟੀ ਕੋਲ ਜਿਨ੍ਹਾਂ ਦੀ ਆਸ ਕਰਦੇ ਨੇ ਜਿਨ੍ਹਾਂ ਰਾਹੀਂ ਉਹ ਨਵਾਂ ਪੰਜਾਬ ਬਣਾਉਣਾ ਲੋਚਦੇ ਨੇ ਇਹ ਆਮ ਆਦਮੀ ਪਾਰਟੀ ਉਹਨਾਂ ਮਾਪਦੰਡਾਂ ਸੀਟਾਂ ਵੰਡ ਤੋਂ ਬਾਅਦ ਜੇ ਰੌਲਾ ਪੈਂਦਾ ਗਾ ਸੀਟਾਂ ਵੱਡੇ ਬੰਦਿਆਂ ਨੂੰ ਪਾਵਰਫੁਲ ਬੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਉਦੋਂ ਵੀ ਤੁਹਾਨੂੰ ਲੱਗਦਾ ਪਾਰਟੀ ਬਣਾਉਣ ਦਾ ਸਹੀ ਮੌਕਾ ਹੋਊਗਾ ਉਹ ਨਹੀਂ ਉਦੋਂ ਵੀ ਉਸਦਾ ਉਸ ਤੋਂ ਪਹਿਲਾਂ ਵੀ ਹੋ ਸਕਦਾ ਉਸ ਤੋਂ ਪਹਿਲਾਂ ਵੀ ਸਕਦਾ ਜਿਵੇਂ ਪਾਣੀਆਂ ਬਾਰੇ ਸਟੈਂਡ ਹੈਗਾ ਮੇਰਾ ਬਹੁਤ ਸੀਰੀਅਸ ਡਿਫਰੈਂਸ ਹੈ ਕਿ ਜੇ ਦਿੱਲੀ ਦੀ ਸਰਕਾਰ ਹੈਗੀ ਜਾਂ ਦਿੱਲੀ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਖਿਲਾਫ਼ ਸਟੈਂਡ ਲਿੱਤਾ ਆਮ ਆਦਮੀ ਪਾਣੀ ਦੇ ਮਾਮਲੇ 'ਚ ਸਟੈਂਡ ਕੀ ਲਿੱਤਾ ਕਿ ਇੰਦਰਾ ਵਾਰਡ ਛਿੱਤਰ ਵਾਲੇ ਵਾਰਡ ਨੂੰ ਮੰਨ ਲਿਆ ਗਿਆ ਜਾਂ ਸਰਾਸਰ ਪੰਜਾਬ ਨਾਲ ਧੱਕਾ ਮੈਂ ਮੁਕੰਮਲ ਰੱਦ ਕਰਦਾ ਹੈਗਾ ਔਰ ਮੈਨੂੰ ਸ਼ਰਮ ਆਉਂਦੀ ਇਸ ਗੱਲ ਦੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ ਬੇਸ਼ਰਮੀ ਨਾਲ ਇਸ ਗੱਲ ਨੂੰ ਡਿਫੈਂਡ ਕਰਦੇ ਲੱਗੇ ਹੋਏ ਆ ਔਰ ਪੰਜਾਬ 'ਚ ਜਿਹੜਾ ਕਿ ਬੰਜਰ ਬਣਨ ਵਾਲਾ ਜਿਹੜਾ 90% ਪੰਜਾਬ ਜਿਹੜਾ ਮਤਲਬ ਖਤਰਨਾਕ ਜ਼ੋਨ ਜਾ ਚੁੱਕਿਆ ਸੋਕੇ ਵੱਲ ਵੱਧ ਰਿਹਾ ਹੈਗਾ ਪੂਰੇ ਮਾਰੂਥਲ ਬਣ ਜਾ ਰਿਹਾ ਹੈਗਾ ਉਸ ਪੰਜਾਬ ਨਾਲ ਦਗਾ ਕਮਾਇਆ ਜਾ ਰਿਹਾ ਪੰਜਾਬ ਦੀ ਜਿਹੜੀ ਇੱਥੇ ਜੰਪਲ ਲੀਡਰਸ਼ਿਪ ਹੈ ਸਿਰਫ ਦਿੱਲੀ ਦੇ ਕਹਿਣ 'ਤੇ
ਤੋ ਤੁਸੀਂ ਕਿਸੇ ਨੂੰ ਕਿਹਾ ਨਹੀਂਗਾ ਕਿ ਤੁਸੀਂ ਕਿਸ ਤਰ੍ਹਾਂ ਸਟੈਂਡ ਲੈ ਰਹੇ ਹੋ ਅਸੀਂ ਸਾਡਾ ਸਟੈਂਡ ਸਪਸ਼ਟ ਆ ਸੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਬਠਿੰਡੇ ਸਾਡਾ ਅਸੀਂ ਕੈਨੇਡਾ ਅੱਠਾਂ ਸ਼ਹਿਰਾਂ 'ਚ ਬੋਲ ਕੇ ਆਏ ਹਾਂ ਕਿ ਪਾਣੀ ਵਾਲੇ ਸਾਡਾ ਇਹ ਸਟੈਂਡ ਹੈਗਾ ਔਰ ਅਸੀਂ ਮੁਕੰਮਲ ਜਿਹੜੀ ਰੱਦ ਜੋ ਪੰਜਾਬ ਨਾਲ ਧੱਕਾ ਕੀਤਾ ਗਿਆ ਰਾਜਸਥਾਨ ਕਨਾਲ ਹੋਵੇ ਚਾਹੇ ਰਾਜਸਥਾਨ ਨੂੰ ਪਾਣੀ ਦਿੱਤਾ ਹੋਵੇ ਚਾਹੇ ਉਹ ਦਿੱਲੀ ਨੂੰ ਪਾਣੀ ਜਾ ਰਿਹਾ ਹੋਵੇ ਚਾਹੇ ਉਹ ਹਰਿਆਣਾ ਨੂੰ ਪਾਣੀ ਜਾ ਰਿਹਾ ਹੋਵੇ ਜੋ ਪੰਜਾਬ ਜੋ ਸਿੰਪਲ ਰਿਪੇਰੀਅਨ ਲਾਅ ਜਿਹੜਾ ਦੁਨੀਆ ਭਰ 'ਚ ਲਾਗੂ ਹੈ ਜਿਹੜਾ ਹਿੰਦੁਸਤਾਨ ਜੀ ਨਾਲ ਪਹਿਲਾਂ ਲਾਗੂ ਕੀਤਾ ਸਿਰਫ ਪੰਜਾਬ 'ਚ ਨਾਲ ਧੱਕਾ ਕੀਤਾ ਹੈਗਾ ਇਹਦੀਆਂ ਧਾਰਾਵਾਂ ਬਦਲ ਕੇ ਜਿਹੜੀਆਂ ਮਤਲਬ ਰੀਆਰਗਨਾਈਜੇਸ਼ਨ ਐਕਟ ਦੀਆਂ ਧਾਰਾਵਾਂ ਬਦਲ ਕੇ ਜੋ ਪੰਜਾਬ ਨੇ ਧੱਕਾ ਕੀਤਾ ਅਸੀਂ ਉਹਦੇ ਖਿਲਾਫ਼ ਪੂਰਾ ਇੱਕ ਸਵਰਾਜ ਵਾਲੇ ਕੇਜਰੀਵਾਲ ਸੀ ਇੱਕ ਤੁਸੀਂ ਹੁਣ ਦੇਖ ਰਹੇ ਹੋ ਕੇਜਰੀਵਾਲ ਨੂੰ ਤੁਸੀਂ ਜੱਜ ਕਿਵੇਂ ਕਰ ਰਹੇ ਹੋ ਪਾਣੀਆਂ ਦਾ ਮਸਲਾ ਹੋਰ ਮਸਲੇ ਨੇ ਕਿਵੇਂ ਕੇਜਰੀਵਾਲ ਨੂੰ ਤੁਸੀਂ ਜੱਜ ਕਰਦੇ ਹੋ ਕੇਜਰੀਵਾਲ ਬਾਰੇ ਕੀ ਸ਼ਬਦ ਨੇ ਤੁਹਾਡੇ ਦੇਖੋ ਸ਼ਬਦ ਤਾਂ ਕੇਜਰੀਵਾਲ ਬਾਰੇ ਹੀ ਹੈ ਕਿ ਇਟ ਇਜ਼ ਮਾਈ ਵੇਅਰ ਹਾਈਵੇ ਕਿ ਮੇਰੀ ਚੱਲੂਗੀ ਇਸ ਪਾਰਟੀ 'ਚ ਇੱਕ ਬੰਦੇ ਦਾ ਇੱਕ ਮਤਲਬ ਜਿਸ ਵਿਅਕਤੀਵਾਦ ਵਿਅਕਤੀਵਾਦੀ ਪਰਿਵਾਰਵਾਦੀ ਸੱਭਿਆਚਾਰ ਦੇ ਖਿਲਾਫ਼ ਪਾਰਟੀਆਂ 'ਚ ਅਸੀਂ ਸੰਘਰਸ਼ ਕੀਤਾ ਅਸੀਂ ਲਗਾਤਾਰ ਬੋਲਦੇ ਰਹੇ ਹਾਂ ਲੋਕਾਂ ਨੂੰ ਕਹਿੰਦੇ ਰਹੇ ਹਾਂ ਕਿ ਫਲਾਨੀ ਪਾਰਟੀ ਅਕਾਲੀ ਪਾਰਟੀ ਬਾਦਲ ਦੀ ਹੈ ਚੌਟਾਲੇ ਦੀ ਪਾਰਟੀ ਹੈ ਫਲਾਨੀ ਪਾਰਟੀ ਮੁਲਾਇਮ ਦੀ ਹੈ ਫਲਾਨੀ ਪਾਰਟੀ ਮਮਤਾ ਦੀ ਹੈ ਫਲਾਨੀ ਪਾਰਟੀ ਜੈਲਲਤਾ ਦੀ ਹੈ ਉਹੀ ਪਾਰਟੀ ਅੱਜ ਸਾਡੀ ਪਾਰਟੀ ਕੇਜਰੀਵਾਲ ਦੀ ਪਾਰਟੀ ਹੈ ਕੋਈ ਪਾਰਟੀ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਦਲਜੀਤ ਸਿੰਘ ਬੋਲੇ ਉਹਨਾਂ ਨੂੰ ਕੱਢਤਾ ਮੈਂ ਬੋਲਿਆ ਮੈਨੂੰ ਕੱਢਤਾ ਪ੍ਰਸ਼ਾਂਤ ਜੀ ਬੋਲੇ ਉਹਨਾਂ ਨੂੰ ਕੱਢ ਦਿੱਤਾ ਅੱਜ ਜਿਹੜੇ ਵਲੰਟੀਅਰ ਬੋਲਦੇ ਨੇ ਕਿੰਨੇ ਵਿਚਾਰੇ ਆਪਣੀ ਗੱਲ ਰੱਖਦੇ ਨੇ ਮੱਖਣ ਸਿੰਘ ਨੇ ਸੁਨਾਮ ਤੋਂ ਉਹਨਾਂ ਨੂੰ ਕੱਢਤਾ ਅਤੇ ਹੋਰ ਬਹੁਤ ਸਾਰੇ ਮੇਰੇ ਕੋਲ ਵਲੰਟੀਅਰ ਟੈਲੀਫੋਨ ਆਉਂਦੇ ਨੇ ਕਿ ਜੀ ਸਾਨੂੰ ਵੀ ਕੱਢਤਾ ਸਾਨੂੰ ਵੀ ਕੱਢਤਾ ਪੰਜਾਬ 'ਚ ਜੋ ਦਿੱਲੀ ਵਾਲੇ ਨੇ ਤਾਨਾਸ਼ਾਹੀ ਚਲਾਈ ਹੋਈ ਹੈ ਇਸ ਦੇ ਖਿਲਾਫ਼ ਜੇ ਪੰਜਾਬ ਦਾ ਵਲੰਟੀਅਰ ਕੋਈ ਜ਼ਰੂਰਤ ਕਰਦਾ ਹੈਗਾ ਜਾਂ ਸੂਲਾਂ ਦੇ ਖੜ ਕੇ ਗੱਲ ਕਰਦਾ ਹੈਗਾ ਤਾਂ ਉਹਨੂੰ ਝੱਟ ਪਾਣੀ 'ਚ ਕੱਢ ਕੇ ਬਾਹਰ ਮਾਰਦੇ ਹੈਗੇ ਸੋ ਇਹ ਕੀ ਬਟ ਵਟ ਡਜ਼ ਇਟ ਸ਼ੋ ਵਟ ਡਜ਼ ਇਟ ਮੀਨ ਇਹਦਾ ਮਤਲਬ ਕੀ ਹੈਗਾ ਇਹਦਾ ਮਤਲਬ ਕਿ ਤਾਨਾਸ਼ਾਹੀ ਹੈ ਡਿਕਟੇਟਰਸ਼ਿਪ ਹੈਗੀ ਹੈ ਔਰ ਉਹਦੇ ਰਿਜ਼ਲਟ ਆਪਾਂ ਦੇਖ ਰਹੇ ਹਾਂ ਦਿੱਲੀ 'ਚ ਅੱਜ ਚੋਣਾਂ ਦਾ ਰਿਜ਼ਲਟ ਆਇਆ 13 'ਚੋਂ 8 ਸੀਟਾਂ ਹਾਰੀਆਂ ਨੇ 13 'ਚੋਂ 8 ਸੀਟਾਂ ਚਾਰ ਕਾਂਗਰਸ ਲੈ ਗਈ ਹੈ ਕਾਂਗਰਸ ਇੱਕ ਆਜ਼ਾਦ ਰਲ ਗਿਆ ਹੁਣ ਪੰਜ ਪੰਜ ਹੋ ਗਏ ਦੋਨੇ ਤੁਹਾਨੂੰ ਲੱਗਦਾ ਕੇਜਰੀਵਾਲ ਡਿਕਟੇਟਰ ਹੈ ਕੇਜਰੀਵਾਲ ਦਾ ਜੋ ਐਟੀਚਿਊਡ ਹੈਗਾ ਪਾਰਟੀ ਚਲਾਉਣ ਦਾ ਉਹ ਬਿਲਕੁਲ ਡਿਕਟੇਟਰਾਨਾ ਹੈਗਾ ਬਿਲਕੁਲ ਡਿਕਟੇਟਰਾਨਾ ਐਟੀਚਿਊਡ ਹੈਗਾ ਔਰ ਇਸ ਤਰ੍ਹਾਂ ਨਹੀਂ ਪਾਰਟੀ ਅੱਜ ਤੱਕ ਸੋਚ ਕੇ ਅਸੀਂ ਪਾਰਟੀ ਜਮਹੂਰੀ ਪਾਰਟੀ ਹੋਊਗੀ ਇਹ ਪਾਰਟੀ ਵੱਖਰੀ ਪਾਰਟੀ ਹੋਊਗੀ ਇਹ ਜਮਹੂਰੀ ਇਹ 'ਚ ਡਾਈਸੈਂਟ ਵਾਸਤੇ ਵਿਰੋਧੀ ਵਿਚਾਰਾਂ ਵਾਸਤੇ ਇੱਕ ਥਾਂ ਹੋਊਗਾ ਕਿਉਂਕਿ ਬਗੈਰ ਵਿਰੋਧੀ ਵਿਚਾਰਾਂ ਦੇ ਹੋਣ ਤੋਂ ਉਹਦੇ ਵਿਚਕਾਰ ਭੇੜ ਹੋਣ ਤੋਂ ਜਾਂ ਆਪਸੀ ਵਹਿਸ ਮਾਸੇ ਤੋਂ ਬਾਅਦ ਹੀ ਪਾਰਟੀ ਦੇ ਜਿਹੜੇ ਚੰਗੇ ਨਏ ਨਕਸ਼ ਉੱਭਰ ਸਕਦੇ ਚੰਗੀਆਂ ਪੋਲਸੀ ਉੱਭਰ ਸਕਦੀਆਂ ਜੇ ਵਿਚਾਰ ਜੇ ਨਹੀਂ ਤਾਂ ਬੜੀ ਪੁਰਾਣੀ ਖਾਬਤ ਹੈ ਕਿ ਚੰਗੇ ਰਾਜੇ ਸੀਗੇ ਉਹ ਨਿੰਦਕ ਨਾਲ ਰੱਖਦੇ ਸੀਗੇ ਚੰਗੇ ਰਾਜੇ ਸੀ ਸਮਝਦਾਰ ਉਹ ਨਿੰਦਕ ਨਾਲ ਰੱਖਦੇ ਸੀਗੇ ਕਿ ਮੈਨੂੰ ਮੇਰੀ ਜੀ ਕੋਈ ਮੇਰੀ ਮਾੜੀ ਗੱਲ ਹੈ ਮੇਰੇ ਮੂੰਹ 'ਤੇ ਕਹੂਗਾ ਉਹ ਤਾਂ ਇਹਦਾ ਪਾਰਟੀ ਸਾਡੀ ਪਾਰਟੀ ਸਾਡੇ ਕੋਲ ਚਾਪਲੂਸ ਹੋਣ ਜੀ ਹਜ਼ੂਰੀਆਂ ਹੋਣ ਗਾਂਧੀ ਜੀ ਹਜ਼ੂਰੀਆਂ ਨਹੀਂ ਹੈਗਾ ਨਾ ਹੀ ਮੈਂ ਲੱਗਦਾ ਪੰਜਾਬ ਨੇ ਜੀ ਹਜ਼ੂਰੀਆਂ ਰਹਿਣਾ ਹੈਗਾ ਪੰਜਾਬ ਨਹੀਂ ਜਾਂਦਾ ਜੀ ਹਜ਼ੂਰੀਆਂ ਪੰਜਾਬ ਨੇ ਕਦੀ ਗੁਲਾਮੀ ਨਹੀਂ ਚੱਲੀ ਪੰਜਾਬ ਤੱਕ ਅੰਗਰੇਜ਼ਾਂ ਦੇ ਸਭ ਤੋਂ ਹੀਰ 'ਚ ਕਾਬੂ ਆਇਆ ਸੀਗਾ ਇਹ ਕੋਈ ਭੁੱਲ ਜਾਵੇ ਕਿ ਪੰਜਾਬੀ ਲੋਕਾਂ ਦੀ ਅਣਖ ਨੂੰ ਸਵੈ ਮਾਣ ਨੂੰ ਮਾਰ ਕੇ ਕੋਈ ਪੰਜਾਬ ਦੇ ਰਾਜ ਕਰ ਲੂ ਜਾਂ ਪੰਜਾਬ ਪਾਰਟੀ ਚਲਾ ਲੂਗਾ ਮੈਨੂੰ ਬਹੁਤ ਇਸ ਗੱਲ 'ਤੇ ਸੀਰੀਅਸ ਤੁਹਾਨੂੰ ਲੱਗਦਾ ਕੇਜਰੀਵਾਲ ਦੇ ਆਲੇ ਦੁਆਲੇ ਚਾਪਲੂਸਾਂ ਦਾ ਲਾਉਣਾ ਬਿਲਕੁਲ ਬਿਲਕੁਲ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ 'ਚ ਇਹੋ ਜਿਹੇ ਬੰਦੇ ਹੈਗੇ ਜਿਹੜੇ ਆਪਣੀਆਂ ਕੁਰਸੀਆਂ ਵਾਸਤੇ ਆਪਣੀਆਂ ਚੀਫ ਮਿਨਿਸਟਰੀਆਂ ਵਾਸਤੇ ਜਾਂ ਆਪਣੀਆਂ ਅਹੁਦਿਆਂ ਵਾਸਤੇ ਉਹ ਪੰਜਾਬ ਨੂੰ ਹੀ ਦਾਂ 'ਤੇ ਲਾਈ ਬੈਠੇ ਆ ਪੰਜਾਬ ਦੇ ਹਿੱਤਾਂ ਨੂੰ ਦਾਂ 'ਤੇ ਲਾਈ ਬੈਠੇ ਆ ਆਈ ਰਿਪ੍ਰੈਜ਼ੈਂਟਿਡ ਔਰ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਵਾਸਤੇ ਪੰਜਾਬ ਹਜ਼ਾਰਾਂ ਬੰਦੇ ਮੇਰੇ ਵੀ ਲਿੰਕ 'ਚ ਹੈਗੇ ਆ ਜਿਹੜੇ ਮੌਕਾ ਪੈਣ 'ਤੇ ਝੰਡਾ ਚੱਕ ਸਕਦੇ ਹੈਗੇ ਜੇ ਪਾਰਟੀ ਸਹੀ ਸਹੀ ਲੀਹਾਂ 'ਤੇ ਨਾ ਚੱਲਦੀ ਮੈਂ ਅਜੇ ਵੀ ਪਾਰਟੀ ਲੀਡਰਸ਼ਿਪ ਨੂੰ ਰਿਕੁਐਸਟ ਕਰਦਾ ਹੈਗਾ ਕਿ ਡੈਮੋਕ੍ਰੇਸੀ ਨੂੰ ਮੁੱਖ ਰੱਖ ਕੇ ਡੈਮੋਕ੍ਰੈਟਿਕ ਅਸੂਲਾਂ ਨੂੰ ਮੁੱਖ ਰੱਖ ਕੇ ਪਾਰਟੀ ਚਲਾਉਣ ਪੰਜਾਬ ਦੇ ਸਵੈ ਮਾਣ ਰਾਜਾਂ ਦੇ ਅਧਿਕਾਰ ਰਾਜਾਂ ਦੀ ਸਿਆਸੀ ਵਸਾਤ ਖੁਦ ਚਲਾਉਣ ਦੀ ਜੋ ਇੱਕ ਆਜ਼ਾਦਾਨਾ ਹਸਤੀ ਹੈ ਉਹਦੀ ਰਿਸਪੈਕਟ ਕਰਦਿਆਂ ਹੋਇਆਂ ਉਹ ਪਰ ਆਮ ਆਦਮੀ ਪਾਰਟੀ ਦੇ ਵਰਕਰ ਕਹਿੰਦੇ ਨੇ ਕਿ ਉਹਨਾਂ ਕੋਲ ਤਾਂ ਸੰਜੇ ਸਿੰਘ ਵਰਗੇ ਗਰੀਬ ਪਰਿਵਾਰ ਦੇ ਲੀਡਰ ਨੇ ਜਿਹੜੇ ਬੜੀ ਇਮਾਨਦਾਰੀ ਨਾਲ ਹਾਂਜੀ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਤੋਂ ਗੱਲਬਾਤ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਇਹ ABP ਸਾਂਝਾ ਦੇ ਮਾਧਿਅਮ ਤੋਂ ਇੰਟਰਵਿਊ ਹੈ ਜਿਹੜੀ ਯਾਦਵਿੰਦਰ ਸਿੰਘ ਹੋਰਾਂ ਨੇ ਕੀਤੀ ਇਹਨਾਂ ਦੀ ਇੰਟਰਵਿਊ ਇਹੀ ਗੱਲ ਕਰ ਰਹੇ ਸੀਗੇ ਕਿ ਸਲਾਮ ਆ ਜੀ ਇਹਨਾਂ ਦੀ ਬਹਾਦਰੀ ਕਿ ਇੰਨਾ ਡਾਕਟਰ ਗਾਂਧੀ ਹੋਣਾਂ ਦੀ ਕਿ ਇੰਨਾ ਤਿੱਖਾ ਵਿਰੋਧ ਕੀਤਾ ਸੋ ਬਿਲਕੁਲ ਇਹਨਾਂ ਨੇ ਮਰਹਲ ਦੇ ਰਾਏ ਦਰੁਸਤ ਆਏ ਅਤੇ ਉਹ ਜਿਹੜੇ ਕਹਿੰਦੇ ਕਿ ਉਡਾਰੀ ਮਾਰਨੀ ਆ ਅਤੇ ਸਾਨੂੰ ਤਾਂ ਲੱਗਦਾ ਕਿ ਉਡਾਰੀ ਇਹਨਾਂ ਨੂੰ ਬਹੁਤ ਪਹਿਲਾਂ ਦੀ ਮਾਰ ਲੈਣੀ ਚਾਹੀਦੀ ਸੀ ਕਿਉਂਕਿ ਇਹਨਾਂ ਦੇ ਕੋਲ ਕੋਈ ਇਹਨਾਂ ਦੇ ਕੋਲ ਦੂਜਾ ਜਾਂ ਤੀਜਾ ਧਿਰ ਨਹੀਂ ਹੈਗਾ ਧਿਰ ਸਾਰਾ ਉੱਥੇ ਇੱਕ ਹੀ ਧਿਰ ਹੈਗਾ ਚਾਹੇ ਕਾਂਗਰਸ ਚਾਹੇ BJP ਹੈ ਚਾਹੇ ਅਕਾਲੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਉੱਥੇ ਦੂਜਾ ਧਿਰ ਵੀ ਹੈਗਾ ਅਸੀਂ ਤੀਜੇ ਧਿਰ ਦੀ ਗੱਲ ਕਰਦੇ ਹਾਂ ਸੋ ਜਿਹੜਾ ਸੰਘਰਸ਼ੀ ਲੋਕਾਂ ਨੇ ਬਾਰ ਬਾਰ ਅਸੀਂ ਗੱਲ ਦੁਹਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਸੰਘਰਸ਼ੀਲ ਸ਼ਕਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਮਜ਼ਦੂਰ ਅਤੇ ਕਿਸਾਨ ਕੰਮ ਕਰ ਰਹੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਹਲ ਤਾਂ ਨਹੀਂ ਕਰ ਰਹੀਆਂ ਕਿਉਂਕਿ ਇੱਕ
ਮੈਨੂੰ ਪੱਕਾ ਇਸ ਗੱਲ ਦਾ ਯਕੀਨ ਹੈ ਕਿ ਇੱਕ ਨਵੇਂ ਸੰਘਰਸ਼ ਦੀ ਲੋਕਾਂ ਦੇ ਵਿੱਚ ਜਿਹੜੀ ਇੱਕ ਸਮਝ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ ਵਾਸਤੇ ਉਹ ਕੰਮ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਟਾਈਮ ਆਉਣ ਤੇ ਉਹ ਸਟੈਪ ਲੈਣਗੇ ਕਿ ਜਿਹੜਾ ਸਟੈਪ ਆ ਉਹ ਐਵੋਲੂਸ਼ਨਰੀ ਹੋਊਗਾ ਜਾਂ ਰੈਵੋਲੂਸ਼ਨਰੀ ਹੋਊਗਾ ਇਸ ਇੰਟਰਵਿਊ ਚ ਸ਼ੁਰੂਆਤ ਵਿਚ ਡਾਕਟਰ ਗਾਂਧੀ ਕਹਿੰਦੇ ਨੇ ਕਿ ਲੋਕਾਂ ਦੀ ਜਿਹੜੀ ਉਹ ਸਮਝ ਇਸ ਕਿਸਮ ਦੀ ਬਣਾਤੀ ਕਿ ਉਹਨਾਂ ਨੂੰ ਡੀਪੋਲਿਟਿਸਾਈਜ਼ ਕਰ ਦਿੱਤਾ ਹਾਂਜੀ ਬਿਲਕੁਲ ਸੋ ਉਹ ਇੱਕ ਬਹੁਤ ਅਹਿਮ ਮੁੱਦਾ ਹੈ ਕਿ ਜਿਹੜੇ ਅਸੀਂ ਤੁਸੀਂ ਆਮ ਜਨ ਸਧਾਰਨ ਆ ਸਾਡੇ ਵਿਚ ਉਹ ਰਾਜਨੀਤਿਕ ਮਸਲਿਆਂ ਦੀ ਸਮਝ ਹਰ ਵਕਤ ਰਹਿਣੀ ਬਹੁਤ ਜ਼ਰੂਰੀ ਹੈ ਅਕਸਰ ਕਿਤੇ ਇਕੱਠੇ ਹੋ ਲਈਏ ਦੋ ਚਾਰ ਪਰਿਵਾਰ ਘਰ ਆਉਣਗੇ ਮੋਸਟਲੀ ਮੈਂ ਦੇਖਿਆ ਕਿ ਲੋਕੀ ਗੁਰੇਜ਼ ਕਰਦੇ ਆ ਇਸ ਟੋਪਿਕ ਤੇ ਗੱਲਬਾਤ ਕਰਨ ਤੋਂ ਉਹਦਾ ਕਾਰਨ ਮੈਨੂੰ ਲੱਗਦਾ ਇਹ ਵੀ ਹੈ ਕਿ ਪਕੜ ਨਹੀਂ ਹੈ ਵਿਸ਼ਿਆਂ ਤੇ ਸਮਝ ਨਹੀਂ ਹੈ ਜਾਂ ਲੋਕਾਂ ਨੂੰ ਇਹ ਬੜੇ ਖੁਸ਼ਕ ਜਿਹੇ ਵਿਸ਼ੇ ਲੱਗਦੇ ਨੇ ਟੋਪਿਕ ਬੋਰਿੰਗ ਲੱਗਦੇ ਨੇ ਹਾਲਾਂਕਿ ਇਹ ਵਿਸ਼ੇ ਸਾਨੂੰ ਸਭ ਤੋਂ ਜ਼ਿਆਦਾ ਇਹਨਾਂ ਚ ਦਿਲਚਸਪੀ ਔਰ ਰੁਚੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਸਾਰੀਆਂ ਦੀਆਂ ਜ਼ਿੰਦਗੀਆਂ ਨੂੰ ਬਿਲਕੁਲ ਸਿੱਧੇ ਤੌਰ ਤੇ ਅਸਰਦਾਇਕ ਨੇ ਸਾਡੇ ਤੇ ਬਿਲਕੁਲ ਬਿਲਕੁਲ ਉਹ ਬੜੀ ਖਾਸ ਉਹਨਾਂ ਨੇ ਕਿਉਂਕਿ ਗੁੱਸੇ ਚ ਬਹੁਤ ਜ਼ਿਆਦਾ ਨੇ ਉਹ ਕਹਿੰਦੇ ਵੀ ਜਦੋਂ ਅਸੀਂ ਚਾਰ ਜਾਣੇ ਉੱਥੇ ਚੁਣ ਕੇ ਗਏ ਹਾਂ ਜਿਹਦੇ ਵਿੱਚ ਹਰਿੰਦਰ ਸਿੰਘ ਖਾਲਸਾ ਧਰਮਵੀਰ ਗਾਂਧੀ ਭਗਵੰਤ ਮਾਨ ਸਾਧੂ ਸਿੰਘ ਹਾਂਜੀ ਤੇ ਉਹ ਬੜੇ ਹੈਰਾਨ ਹੋਏ ਵੀ ਇਹ ਕੀ ਹੋ ਗਿਆ ਉਹਨਾਂ ਨੂੰ ਆਸ ਨਹੀਂ ਸੀਗੀ ਆਮ ਆਦਮੀ ਪਾਰਟੀ ਨੂੰ ਖੁਦ ਹੀ ਆਸ ਨਹੀਂ ਸੀਗੀ ਸੋ ਜੇ ਇਹ ਗੱਲ ਨੂੰ ਇਹਦੀ ਪੜਚੋਲ ਕੀਤੀ ਜਾਵੇ ਇਹਦਾ ਮਤਲਬ ਕਿ ਸ਼ੁਰੂ ਤੋਂ ਹੀ ਇਹ ਕਿਸੇ ਹੋਰ ਦੁਆਰਾ ਪਲਾਂਟ ਕੀਤੇ ਗਏ ਸੀਗੇ ਕਿਉਂਕਿ ਇਹ ਉਹ ਗੇਮ ਪਲਾਨ ਦਾ ਹਿੱਸਾ ਨਹੀਂ ਸੀਗਾ ਕੋਈ ਐਮ ਪੀ ਇਸ ਤਰ੍ਹਾਂ ਇਲੈਕਟ ਹੋ ਕੇ ਅੱਗੇ ਤੱਕ ਵੀ ਜਾਣਗੇ ਬਿਲਕੁਲ ਬਿਲਕੁਲ ਔਰ ਆਪਾਂ ਧਰਮਵੀਰ ਗਾਂਧੀ ਹੁਣਾਂ ਨੂੰ ਇਹ ਵੀ ਸਲਾਹ ਦੇਣੀ ਚਾਹਾਂਗੇ ਸਾਡੇ ਤੋਂ ਬਹੁਤ ਵੱਡੇ ਨੇ ਅਸੀਂ ਸਲਾਹ ਪਰ ਤੁਹਾਡੇ ਕੋਲ ਚੋਇਸਿਸ ਬਹੁਤ ਜ਼ਿਆਦਾ ਨੇ ਪੰਜਾਬ ਦੇ ਵਿੱਚ ਤੁਹਾਡੇ ਕੋਲ ਸੀ ਪੀ ਆਈ ਹੈ ਜਿੱਥੋਂ ਇਹ ਖੁਦ ਉਸ ਖੱਬੇ ਪੱਖੀਆਂ ਧਿਰਾਂ ਦੇ ਵਿੱਚੋਂ ਆਏ ਨੇ ਸੀ ਪੀ ਆਈ ਹੈ ਇਹਨਾਂ ਦੇ ਕੋਲ ਸੀ ਪੀ ਐਮ ਹੈ ਇਹਨਾਂ ਕੋਲ ਸੀ ਪੀ ਐਮ ਪੰਜਾਬ ਹੈ ਇਹਨਾਂ ਦੇ ਕੋਲ ਸੀ ਪੀ ਆਈ ਐਮ ਐਲ ਹੈ ਸੋ ਚਾਰ ਘੱਟੋ ਘੱਟ ਚਾਰ ਚੋਇਸਿਸ ਨੇ ਉਹ ਜਿਹਨਾਂ ਦੇ ਵਿੱਚ ਮਰਜ਼ੀ ਆਪਣੇ ਸਾਥੀ ਦੇ ਨਾਲ ਇਹ ਪਰ ਅਗਰ ਅਸੀਂ ਇਹ ਵੀ ਸੋਚੀਏ ਕਿ ਜਿਹੜਾ ਪਾਰਲੀਮਾਨੀ ਖੱਬੇ ਪੱਖੀ ਸਾਰਾ ਜੋ ਕੁਛ ਹੈ ਅਗਰ ਉਹਦੇ ਤੋਂ ਇਹ ਟੋਟਲੀ ਨਿਰਾਸ਼ ਨੇ ਇਹਨਾਂ ਦਾ ਜਿਹੜਾ ਆਪਣਾ ਯੋਗਦਾਨ ਹੈ ਕਮਿਊਨਿਟੀ ਵਰਕ ਦਾ ਉਹ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੋ ਇਹਨਾਂ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਖੜੇ ਹੋਣ ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਇਹ ਜਿੱਥੇ ਕੰਮ ਕਰਦੇ ਨੇ ਉੱਥੇ ਜਿਹੜੀ ਜਨਤਾ ਹੈ ਇਹਨਾਂ ਦਾ ਪੂਰਾ ਸਮਰਥਨ ਕਰੇਗੀ ਔਰ ਇਹਨਾਂ ਨੂੰ ਪੱਕਾ ਯਕੀਨ ਹੈ ਕਿ ਜਿਹੜੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਉਹ ਵੀ ਇਹਨਾਂ ਦਾ ਸਾਥ ਦੇਣਗੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਤੋਂ ਸਾਡੇ ਕੋਲ ਤਿੰਨ ਚਾਰ ਮਿੰਟ ਬਾਕੀ ਹਾਂਜੀ ਜੀ ਮੈਂ ਮੁੜ ਕੇ ਪੜ੍ਹਨਾ ਚਾਹੁੰਦਾ ਕਿ ਜਿਹੜਾ ਸੰਘਰਸ਼ੀਲ ਸ਼ਕਤੀਆਂ ਨੇ ਜਿਹੜਾ ਨਾਰਾ ਅਸੀਂ ਪਹਿਲਾਂ ਵੀ ਉਹ ਕਹਿੰਦੇ ਨੇ ਕਿ ਵੋਟਾਂ ਨੇ ਨਹੀਂ ਲਾਉਣਾ ਪਾਰ ਲੜਨਾ ਪੈਣਾ ਬੰਦ ਕਤਾਰ ਵੋਟਾਂ ਵੇਲੇ ਪੈਰੀ ਪੈਂਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਚੋਣਾਂ ਅੱਗੇ ਲਿਖਦੇ ਨੇ ਕਿ ਚੋਣਾਂ ਦੁਆਰਾ ਭਲੇ ਦੀ ਝਾਕ ਛੱਡ ਕੇ ਸੰਘਰਸ਼ ਦੇ ਰਾਹ ਪੈਣ ਦਾ ਹੋਕਾ ਦਿੰਦੀ ਆਪਣੀ ਰਾਖੀ ਆਪ ਕਰੋ ਰੈਲੀ ਸੋ ਹੁਣ ਵੀ ਜਿਹੜਾ ਸੰਘਰਸ਼ ਡਕਾਉਂਦਾ ਕਿਸਾਨ ਯੂਨੀਅਨ ਦਾ ਚੱਲ ਰਿਹਾ ਉਹਦੇ ਵਿੱਚ ਵੀ ਬੈਨਰ ਇਹ ਹੀ ਦਿੱਤਾ ਗਿਆ ਕਿ ਆਪਣੀ ਰਾਖੀ ਆਪ ਕਰੋ ਇੰਡੀਪੈਂਡੈਂਟ ਹੋਵੋ ਸੰਘਰਸ਼ ਕਰੋ ਲੋਕਾਂ ਦੇ ਵਿੱਚ ਪਹਿਲਾਂ ਇੱਥੇ ਤੱਕ ਚੇਤਨਾ ਪੈਦਾ ਕੀਤੀ ਜਾ ਸਕੇ ਵੀ ਇਹੋ ਜਿਹੇ ਜਿਹੜੀਆਂ ਸਾਨੂੰ ਸੈਂਟਰ ਦੇ ਵਿੱਚੋਂ ਆ ਕੇ ਕਮਲੇ ਮੁੜ ਕੇ ਨਾ ਬਣਾ ਸਕਣ ਇੱਥੇ ਤੱਕ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਆ ਉਹਨਾਂ ਨੂੰ ਇਸ ਲੈਵਲ ਤੱਕ ਉਹਨਾਂ ਨੂੰ ਸਿਖਾਇਆ ਜਾਵੇ ਵੀ ਸਾਨੂੰ ਕੋਈ ਮੁੜ ਕੇ ਇਹੋ ਜਿਹੇ ਕਮਲੇ ਨਾ ਬਣਾਇਆ ਜਾ ਸਕਦੇ ਜੇ ਹੁਣੀ ਇਹ ਜਿਹੜੇ ਸੰਘਰਸ਼ੀਲ ਸਾਥੀ ਹੈ ਕਿਸੇ ਪੋਲੀਟਿਕਸ ਦੇ ਵਿੱਚ ਪੈਂਦੇ ਆ ਤੇ ਉਹੀ ਹਾਲ ਹੋਊਗਾ ਜਿਵੇਂ ਪਹਿਲਾਂ ਪਰ ਇੱਕ ਗੱਲ ਨੂੰ ਜੀ ਵੇਖੋ ਮਤਲਬ ਸਾਰੇ ਭਾਰਤ ਦੇ ਵਿੱਚ ਇੱਕ ਤਰ੍ਹਾਂ ਕਹਿ ਲਓ ਕਿ ਪੰਜਾਬ ਕਿੰਨਾ ਇੱਛਕ ਆ ਕਿਸੇ ਚੇਂਜ ਵਾਸਤੇ ਪਰ ਜਿਹੜੀ ਜਿਹੜਾ ਨੌਜਵਾਨ ਆ ਭਟਕਿਆ ਹੋਇਆ ਆ ਅਸੀਂ ਵੈਸੇ ਸਾਰਾ ਇਸ ਗੱਲ ਦਾ ਇਲਜ਼ਾਮ ਜਿਹੜਾ 84 ਦਾ ਟਾਈਮ ਆ ਉਹਨੂੰ ਦਿੰਦੇ ਆ ਕਿ ਉਹ ਜਿਹੜਾ ਕਾਲਾ ਦੌਰ ਸੀਗਾ ਉਹ ਉਹਨੇ ਸਾਰਾ ਜਿਹੜਾ ਮਤਲਬ ਜਿਹੜੀ ਸਟੇਟ ਨੇ ਜਿਹੜਾ ਕੋਈ ਸੰਘਰਸ਼ ਉੱਠ ਰਿਹਾ ਸੀਗਾ ਉਹਨੂੰ ਬਹੁਤ ਪਿੱਛੇ ਪਾਤਾ ਬਹੁਤ ਜ਼ਿਆਦਾ ਘੱਟੋ ਘੱਟ ਉਹਨੂੰ 30-40 ਸਾਲ ਪਿੱਛੇ ਪਾਤਾ ਪਰ ਕੋਈ ਨਹੀਂ ਉਹ ਟਾਈਮ ਆਊਗਾ ਮੁੜ ਕੇ ਸੰਘਰਸ਼ੀਲ ਸ਼ਕਤੀਆਂ ਦਾ ਮੁੜ ਕੇ ਟਾਈਮ ਆਊਗਾ ਲੋਕ ਸ਼ਕਤੀ ਦਾ ਮੁੜ ਕੇ ਟਾਈਮ ਆਊਗਾ ਅਸੀਂ ਉਹਦੀ ਉਮੀਦ ਰੱਖਦੇ ਹਾਂ ਕਿਉਂਕਿ ਇਹਨਾਂ ਨੂੰ ਜਦੋਂ ਸਾਰਿਆਂ ਨੂੰ ਇਕੱਲਾ ਇਕੱਲਾ ਕਰਕੇ ਪਰਤਾਲਣਗੇ ਤੇ ਮੁੜ ਕੇ ਉਹੀ ਬੰਦੇ ਜਿਹੜੇ ਨੇ ਜਿਹੜੇ ਕੰਮ ਆਉਣਗੇ ਜਿਹੜੇ ਲੋਕ ਪੱਖੀ ਨੇ ਜਿਹੜੇ ਲੋਕਾਂ ਦੇ ਵਾਸਤੇ ਇਮਾਨਦਾਰੀ ਨਾਲ ਭੱਲਾ ਉਹਨਾਂ ਦਾ ਕਰਨਾ ਚਾਹੁੰਦੇ ਨੇ ਇਹ ਤਾਂ ਗੱਲ ਹੋਈ ਭਾਰਤ ਦੀ ਪੰਜਾਬ ਦੀ 2017 ਵਿਚ ਇੱਥੇ ਨਿਊਜ਼ੀਲੈਂਡ ਵਿਚ ਵੀ ਚੋਣਾਂ ਨੇ ਜੀ ਸੋ ਅਸੀਂ ਜਿਹੜੇ ਇੱਥੇ ਰਹਿੰਦੇ ਆ ਮੈਨੂੰ ਲੱਗਦਾ ਸਾਨੂੰ ਉਧਰ ਵੀ ਆਪਣੀ ਤਵੱਜੋ ਦੇਣ ਦੀ ਲੋੜ ਹੈ ਕਿਉਂਕਿ ਇੱਥੇ ਅਕਸਰ ਮੇਰਾ ਖਿਆਲ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹ ਜ਼ਿਆਦਾਤਰ ਲੇਬਰ ਪਾਰਟੀ ਵੱਲ
लीन करदे ने या हुण एक जिहड़े थोड़े एस्टैबलिश्ड खास तौर ते बिजनेस कम्युनिटी है जिहड़ी ओह जनरली नेशनल पार्टी वल लीन करदी है क्योंकि ओह उहनां दे हक विच ज्यादा भुगतते ने जिहड़े ऑलरेडी अमीर ने उहनां नूं होर अमीर करन दे उहनां दे प्लान बिलकुल साफ ने तो मैं सारे स्रोतियां नूं इहो रिक्वेस्ट करांगी कि इत्थों ते जिहड़ी पॉलिटिक्स है उहदे विच वी इंटरस्ट लैणा बहुत जरूरी है क्योंकि असीं जिहड़े देश विच रहिंदे आ साडीआं कुझ समाजिक जिम्मेवारियां उहदे प्रति वी बिलकुल अनु जी बिलकुल ओह असी अपने टाइम तो नहीं है जी पापा टोए ओड़ी क्राइम वाली जी मीटिंग हुई सी पोलिटिकल जेडे लोग चलो फिल गॉफ की किसी हद तक गल उन्हां दी ठीक सी बाकी जेडे ने जेहो जिहां जेडे उत्थे जेडे खास करके नैशनल पार्टी तो बख्शी होनी जेहो जिहां जबड़ियां मार के गए ने मैनू इस गल च कोई कहण च शर्म नहीं की क्योंकि जेड़ा जेड़ा अनु जी जेड़ा क्राइम आ एक बहुत वड्डी एक सिस्टम दा एक सिम्पटम है लोकां दी जिहड़ी रोटी कपड़ा ते मकान दीआं जिहड़ियां सहूलतां कल्ली रोटी कपड़ा ते मकान नहीं लोकी सिर्फ ये कहण लग पए ने जो बेनीफिट ते बैठे हुए ने दैट्स नॉट इनफ एक डिग्निटी हुंदी आ जो तुसी किसे बंदे नूं बेनीफिट ते छड़ दे ओ उहदा जिहड़ा इंसान आ तुसी मार दे ओनूं उहदी मोरालिटी स्वैमान तुसी मार दे ओ ओनूं ਜਿਉਣ ਜਿਹੜਾ ਪ੍ਰੋਪਰ ਉਹਦੇ ਵਾਸਤੇ ਪ੍ਰੋਪਰ ਨੌਕਰੀ ਹੋਵੇ ਉਹਨੂੰ ਡੀਸੈਂਟ ਤਨਖਾਹ ਦਿੱਤੀ ਜਾਵੇ ਉਹਦੇ ਕੋਲ ਡੀਸੈਂਟ ਘਰ ਹੋਵੇ ਫਿਰ ਦੇਖਿਓ ਉਹੀ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੇ ਤੇ ਕਿਹੋ ਜਿਹੇ ਪੇਰੈਂਟਸ ਬਣਦੇ ਆ ਤੇ ਕਿਹੋ ਜਿਹੇ ਉਹਨਾਂ ਦੇ ਬੱਚੇ ਗਾਂਹ ਜਾ ਕੇ ਪੈਦਾ ਉਹਨਾਂ ਦਾ ਦੇਖਭਾਲ ਹੁੰਦੀ ਆ ਤੇ ਕਿਹੋ ਜਿਹੇ ਉਹਨਾਂ ਦੇ ਕਰੈਕਟਰ ਡਿਵੈਲਪ ਹੁੰਦੇ ਆ ਇਹ ਸਾਰੀਆਂ ਗੱਲਾਂ ਉਹਦੇ ਵਿੱਚੋਂ ਔਰ ਇਹ ਸਾਰਾ ਕੁਝ ਰਾਤੋ ਰਾਤ ਵੀ ਨਹੀਂ ਹੋਣਾ ਇੱਕ ਦੋ ਜਨਰੇਸ਼ਨ ਲੱਗ ਸਕਦੀਆਂ ਨੇ ਕਿਉਂਕਿ ਜਿਹੜੇ ਉਹ ਉਹਨਾਂ ਦਾ ਨਰਚਰ ਉਹਨਾਂ ਦੀ ਪਰਵਰਿਸ਼ ਹੀ ਇਸ ਤਰੀਕੇ ਨਾਲ ਹੋਈ ਆ ਤੁਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਦੋ ਚਾਰ ਦਿਨਾਂ ਚ ਇਕਦਮ ਤਬਦੀਲ ਹੋ ਜਾਣਗੇ ਸੋ ਸਮਾਂ ਲੱਗੇਗਾ ਮੈਨੂੰ ਇੱਕ ਗੱਲ ਸਮਝਾਓ ਇਹ ਜਿਹੜੀ ਸਾਡੇ ਮੈਂ ਲਾਸਟ ਗੱਲ ਕਰਾਂਗਾ ਬੜੀ ਛੇਤੀ ਛੇਤੀ ਕਿ ਨਿਊਜ਼ੀਲੈਂਡ ਦੇ ਵਿੱਚ ਅਸੀਂ ਸਿਸਟਮ ਤੇ ਗੱਲ ਇੱਥੇ ਈਵਨ ਜੇਲ੍ਹਾਂ ਤੱਕ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਜਿਹੜੀ ਆਸਟ੍ਰੇਲੀਆ ਦੀ ਕੰਪਨੀ ਮੇਰੇ ਦਿਮਾਗ ਚ ਉਹਨਾਂ ਦਾ ਨਾਮ ਭੁੱਲ ਗਿਆ ਆਸਟ੍ਰੇਲੀਆ ਦੀ ਕੰਪਨੀ ਜਿਹੜੀ ਨੇ अमेरिका दे विच जिहड़ी आ उत्थे करेक्टिव कॉर्पोरेशन ऑफ अमेरिका जिहड़ियां वॉल स्ट्रीट दे विच जिहड़े शेयर चलदे ने जदों प्राइवेट कंपनियां तुहाडियां जेलां दी मालकी करनगियां जदों प्रॉफिट बोणगियां उहनां नूं क्रिमिनल नहीं चाहीदे हैगे बिलकुल उहनां ने अपना बिजनेस होर वधाउणा प्रॉफिट वधाउणा है जेलां दे बिजनेस तों सो क्राइम वधणा ਵਧਾਉਣਾ ਪਏਗਾ ਕ੍ਰਾਈਮ ਵਧੇਗਾ ਤਾਂ ਹੀ ਉਹਨਾਂ ਦਾ ਬਿਜ਼ਨਸ ਵਧੇਗਾ ਸੋ ਮੇਰਾ ਖਿਆਲ ਅਸੀਂ ਆਪਣੇ ਸਰੋਤਿਆਂ ਨੂੰ ਚੰਗੀ ਤਰ੍ਹਾਂ ਦੱਸਿਆ ਨੀ ਕਿ ਜਿਹੜੀ ਮੀਟਿੰਗ ਹੋਈ ਹੈ ਜਿਹੜਾ ਸਾਊਥ ਆਕਲੈਂਡ ਵਿੱਚ ਕ੍ਰਾਈਮ ਵਧਿਆ ਹੈ ਦੁਕਾਨਾਂ ਤੇ ਹਮਲੇ ਚੋਰੀਆਂ ਹੁੰਦੀਆਂ ਉਹਦੇ ਸੰਦਰਭ ਵਿੱਚ ਹੋਈ ਹੈ ਇੰਡੀਅਨ ਕਮਿਊਨਿਟੀ ਦੀ ਕਮਲਜੀਤ ਬਖਸ਼ੀ ਔਰ ਫਿਲ ਗੋਫ ਵਗੈਰਾ ਨਾਲ ਤੋ ਉਹਦੇ ਵਿੱਚ ਸਾਰੇ ਇਹ ਬੇਸਿਕ ਪੁਆਇੰਟ ਮਿਸ ਕਰ ਗਏ ਕਿ ਕ੍ਰਾਈਮ ਜਿਹੜਾ ਹੈ ਉਹ ਇੱਕ ਕਿਉਂਕਿ ਜਦੋਂ ਅਸੀਂ ਧੰਦਾ ਬਣਾ ਲਿਆ ਉਹ ਸਾਰੀ ਗੱਲ ਨੂੰ ਤੋ ਕ੍ਰਾਈਮ ਵੱਧਦਾ ਹੀ ਰਹੇਗਾ ਜਿੰਨੀ ਦੇਰ ਤੱਕ ਅਸੀਂ ਉਹ ਮਾਡਲ ਨੂੰ ਨਹੀਂ ਚੇਂਜ ਕਰਾਂਗੇ ਉਨੀ ਦੇਰ ਤੱਕ ਕੁਛ ਨਹੀਂ ਹੋਣ ਵਾਲਾ ਤੋ ਪ੍ਰੋਗਰਾਮ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਦੋਸਤੋ ਸਲਾਮ ਰੇਡੀਓ ਇਨਕਲਾਬ